ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਕੌਮ ਦੇ ਦਰਸ਼ਕੋ, ਇੱਕ ਨਵਾਂ ਪ੍ਰੋਗਰਾਮ ਅਤੇ ਨਵੇਂ ਮਹਿਮਾਨ ਨਾਲ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋ ਰਹੇ ਹਾਂ। ਅਤੇ ਸਾਡੇ ਨਾਲ ਪੰਜਾਬ ਤੋਂ ਜੁੜੇ ਹੋਏ ਹਨ ਭਾਈ ਕਰਨੈਲ ਸਿੰਘ ਜੀ, ਪੀਰ ਮੁਹੰਮਦ, ਜੋ ਪਹਿਲਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਵੀ ਰਹੇ ਆ, ਅਤੇ ਅੱਜ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਉਹਦੇ ਜਨਰਲ ਸਕੱਤਰ ਅਤੇ ਸਪੋਕਸਮੈਨ ਵੀ ਹਨ, ਅਤੇ ਲਾਈਨ 'ਤੇ ਜੁੜੇ ਹਨ। ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਕਰਨੈਲ ਸਿੰਘ ਜੀ, ਮੁੱਦੇ ਦੀ ਗੱਲ ਕਰਦੇ ਹਾਂ ਵੀ ਕਾਫੀ ਜਿਹੜਾ ਇਸ ਵੇਲੇ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਪੰਜਾਬ ਇੱਕ ਵਾਰੀ ਫੇਰ ਕਾਫੀ ਜਿੱਦਾਂ ਉਥਲ ਪੁਥਲ ਵੀ ਹੋ ਰਹੀ ਆ ਸਿਆਸਤ ਦੇ ਵਿੱਚ ਵੀ, ਅਤੇ ਉੱਧਰੋਂ ਕੁਦਰਤੀ ਵੀ ਆਫਤ ਆਈ ਹੋਈ ਆ ਪੰਜਾਬ ਦੇ ਵਿੱਚ, ਜਿੱਦਾਂ ਇੱਕ ਹੜਾਰਗੀ ਸਥਿਤੀ ਬਣੀ ਹੋਈ ਆ। ਅਤੇ ਪਹਿਲਾਂ ਤਾਂ ਆਪਾਂ ਇਹਦੇ 'ਤੇ ਕਰ ਲੈਂਦੇ ਹਾਂ ਵੀ ਖਾਸ ਤੌਰ 'ਤੇ ਬਠਿੰਡਾ ਜਿਹੜਾ ਘੱਗਰ ਦਰਿਆ ਆ ਇਹਦੇ 'ਤੇ ਬਹੁਤ ਜਿਹੜੀ ਸਥਿਤੀ ਆ ਤਣਾਅਪੂਰਨ ਆ, ਕਾਫੀ ਪਿੰਡਾਂ ਦਾ ਨੁਕਸਾਨ ਵੀ ਹੋ ਗਿਆ, ਕੀ ਆ ਤਾਜ਼ਾ ਸਥਿਤੀ ਉੱਥੇ ਦੀ? ਦੇਖੋ, ਪੰਜਾਬ ਜਿਹੜਾ ਉਹਦੀ ਭੂਗੋਲਿਕ ਸਥਿਤੀ ਜਿਹੜੀ ਹੈ ਉਹ ਬੜੀ ਹੀ ਇਸ ਵੇਲੇ ਨਾਜ਼ੁਕ ਬਣੀ ਹੋਈ ਹੈ, ਕਿਉਂਕਿ ਕੁਦਰਤੀ ਆਫ਼ਤ ਜਿਹੜੀ ਹੈ ਉਸਨੇ ਪਹਿਲਾਂ ਵੀ ਪੰਜਾਬ ਨੂੰ ਬੜਾ ਤਹਿਸ ਨਹਿਸ ਕੀਤਾ ਸਮੇਂ ਸਮੇਂ, ਤੇ ਹੁਣ ਜਿਹੜਾ ਇਸ ਵੇਲੇ ਬਾਰਿਸ਼ਾਂ ਸ਼ੁਰੂ ਹੋਈਆਂ ਨੇ, ਤੇ ਇਹ ਸਰਕਾਰਾਂ ਦੀਆਂ ਨਲਾਇਕੀਆਂ ਨੇ ਕਿ ਦੋ ਜਿਹੜੀਆਂ ਮੁੱਖ ਪਾਰਟੀਆਂ ਨੇ ਬੀਜੇਪੀ ਤੇ ਅਕਾਲੀ ਦਲ ਬਾਦਲ, ਪਹਿਲਾਂ ਉਹਨਾਂ ਦੀ ਸਰਕਾਰ ਸੀ 10 ਸਾਲ ਰੈਗੂਲਰ ਸਰਕਾਰ ਰਹੀ, ਔਰ ਉਸ ਤੋਂ ਬਾਅਦ ਹੁਣ ਕੈਪਟਨ ਦੀ 2.5 ਸਾਲ ਹੋ ਗਏ ਸਰਕਾਰ। ਸੋ ਕੁਦਰਤ ਨੇ ਵੀ ਇੱਕ ਜਲਵਾ ਦਿਖਾਇਆ ਉਹਨਾਂ ਦੋ ਸ਼ਹਿਰਾਂ ਦੇ ਵਿੱਚ। ਬਠਿੰਡਾ ਵੀ ਪੂਰੀ ਤਰ੍ਹਾਂ ਡੁੱਬਿਆ ਪਿਆ, ਬਠਿੰਡਾ ਸ਼ਹਿਰ ਈਵਨ ਜਿਹੜਾ ਉੱਥੋਂ ਦਾ ਕਮਿਸ਼ਨਰ ਉਹਦਾ ਘਰ ਡੁੱਬ ਗਿਆ, ਜਿਹੜੇ ਉੱਥੇ ਇੰਸਪੈਕਟਰ ਜਨਰਲ ਨੇ ਆਈ ਜੀ ਉਹਨਾਂ ਦੀ ਕੋਠੀ ਡੁੱਬ ਗਈ, SSP ਦੀ ਕੋਠੀ ਡੁੱਬ ਗਈ। ਔਰ ਇਸੇ ਤਰ੍ਹਾਂ ਘੱਗਰ ਦਰਿਆ ਦੀ ਜਿਹੜੀ ਮਾਰ ਹੈ ਉਹਦੇ ਨਾਲ ਪਟਿਆਲਾ, ਸਮਾਣਾ ਤੇ ਜਿੰਨਾ ਵੀ ਇਹ ਏਰੀਆ ਇਹ ਇਸ ਵੇਲੇ ਬੋਟਮ ਤੇ ਆ, ਬਹੁਤ ਹੀ ਡੇਂਜਰ ਹਾਲਾਤਾਂ ਦੇ ਵਿੱਚੋਂ ਪੰਜਾਬ ਦੇ ਲੋਕ ਗੁਜ਼ਰ ਰਹੇ ਨੇ। ਔਰ ਪ੍ਰਸ਼ਾਸਨ ਦੇ ਬਾਰੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਉਹਦਾ ਇਹ ਬਿਆਨ ਹੈ ਕਿ ਤੁਸੀਂ ਸਟੈਂਡ ਬਾਏ ਰਹੋ। ਦੂਸਰਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਲੋਕ ਬਿਨਾਂ ਕਿਸੇ ਕੰਮ ਤੋਂ ਘਰਾਂ ਤੋਂ ਬਾਹਰ ਨਾ ਨਿਕਲਣ। ਇਸ ਦਾ ਮਤਲਬ ਇਹ ਆ ਕਿ ਸਰਕਾਰ ਆਪਣੇ ਪੱਧਰ ਤੇ ਪੂਰੀ ਤਰ੍ਹਾਂ ਬੇਵੱਸ ਹੋ ਗਈ ਹੈ। ਕੋਈ ਵੀ ਪ੍ਰਬੰਧ ਜਿਹੜਾ ਸੁਚਾਰੂ ਢੰਗ ਦੇ ਨਾਲ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ, ਔਰ ਲੋਕਾਂ ਨੂੰ ਉਹਨਾਂ ਦੇ ਕਿਸਮਤ ਦੇ ਭਰੋਸੇ ਦੇ ਉੱਤੇ ਛੱਡ ਦਿੱਤਾ ਗਿਆ। ਤੇ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਦੇ ਬੜੇ ਮਾੜੇ ਹਾਲਾਤ ਨੇ ਪਿਛਲੇ 72 ਸਾਲਾਂ ਤੋਂ, 1947 ਤੋਂ ਲੈ ਕੇ ਅੱਜ ਤੱਕ ਦੇ ਜਿਹੜੇ ਹਾਲਾਤ ਨੇ 2019 ਤੱਕ, ਜਿਹੜੀਆਂ ਵੀ ਪੰਚਾਇਤਾਂ ਬਣਦੀਆਂ ਰਹੀਆਂ ਉਹਨਾਂ ਦੀ ਬਹੁਤ ਆਦ ਦੇ ਵਿੱਚ ਲੋਕ ਜਿਹੜੇ ਫੰਡ ਜਿਹੜੇ ਆ ਜਿਹੜੀਆਂ ਗ੍ਰਾਂਟਾਂ ਮਿਲਦੀਆਂ ਨੇ ਉਹਨਾਂ ਨੂੰ ਸਹੀ ਢੰਗ ਦੇ ਨਾਲ ਇਸਤੇਮਾਲ ਨਹੀਂ ਕਰ ਸਕਦੇ, ਜਾਂ ਪਿੰਡਾਂ ਵਿੱਚ ਧੜੇਬੰਦੀਆਂ ਹੋਣ ਕਰਕੇ। ਮੈਂ ਸਾਰੇ ਪਿੰਡਾਂ ਦੀ ਨਹੀਂ ਗੱਲ ਕਰਦਾ, 12,800 ਪਿੰਡ ਨੇ ਪੰਜਾਬ ਦੇ, ਲੇਕਿਨ ਉਹਨਾਂ ਦੇ ਵਿੱਚ ਹੋ ਸਕਦਾ ਕਿ 2,800 ਪਿੰਡ ਜਿਹੜੇ ਉਹ ਬੜੇ ਤਰੱਕੀ ਵਰਗੇ ਖੇਤਰ ਦੇ ਵਿੱਚ ਅੱਗੇ ਗਏ ਹੋਣ, ਜਿਵੇਂ ਆਪਾਂ ਕੈਨੇਡਾ ਤੁਹਾਡੇ ਇੱਥੇ ਲੰਡਨ ਇੰਗਲੈਂਡ ਦੀਆਂ ਗੱਲਾਂ ਆਪਾਂ ਕਰੀਏ, ਇੱਥੇ ਸੀਵਰੇਜ ਜਿਹੜਾ ਹੈਗਾ ਪ੍ਰਬੰਧ ਉਹ ਕਿੰਨਾ ਸੁਚਾਰੂ ਹੈ। ਸੋ ਇੱਥੋਂ ਦੇ ਪ੍ਰਧਾਨ ਮੰਤਰੀ, ਮੁੱਖ ਮੰਤਰੀ, ਇੱਥੋਂ ਦੇ ਕੈਬਨਿਟ ਮਿਨਿਸਟਰ ਅਕਸਰ ਹੀ ਵਿਦੇਸ਼ਾਂ ਦਾ ਦੌਰਾ ਕਰਦੇ ਰਹਿੰਦੇ ਆ, ਮੈਨੂੰ ਵੀ ਮੌਕਾ ਮਿਲਦਾ ਰਹਿੰਦਾ, ਲੇਕਿਨ ਵਿਦੇਸ਼ਾਂ ਦੀ ਪਾਲਿਸੀ ਨੂੰ ਹੋਰ ਪਾਲਿਸੀਆਂ ਨੂੰ ਤਾਂ ਇਹ ਲਾਗੂ ਕਰਦੇ ਨੇ, ਲੇਕਿਨ ਉੱਥੋਂ ਦਾ ਜਿਹੜਾ ਲੋਕਾਂ ਪ੍ਰਤੀ ਜਿਹੜੀ ਆਮ ਜਨਤਾ ਪ੍ਰਤੀ ਜਿਹੜੀ ਇੱਕ ਜਾਗਰੂਕਤਾ ਹੈ, ਜਿਹੜੇ ਆਮ ਲੋਕਾਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ, ਸਿਹਤ ਸਹੂਲਤਾਂ ਜਾਂ ਉਹਨਾਂ ਦੇ ਨਿਤਮਰਾ ਜ਼ਿੰਦਗੀ ਦੇ ਵਿੱਚ, ਜਿਵੇਂ ਕੋਈ ਆ ਹਰ ਸਾਲ ਹੀ ਤੁਸੀਂ ਦੇਖਦੇ ਹੋ ਕਿ ਆ ਜਦੋਂ ਜਿਹੜਾ ਮਹੀਨੇ ਆਉਂਦੇ ਨੇ ਜੁਲਾਈ ਅਗਸਤ ਦਾ ਸਤੰਬਰ ਦਾ, ਉਧਰੋਂ ਜੇ ਆਪਾਂ ਸਾਉਣ ਭਾਦੋਂ ਦਾ ਮਹੀਨਾ ਗਿਣ ਲਈਏ ਦੇਸੀ ਮਹੀਨੇ, ਇਹਨਾਂ ਦਿਨਾਂ ਦੇ ਵਿੱਚ ਲੋਕਾਂ ਦੀ ਜਾਨ ਜਿਹੜੀ ਕੜਕੀ ਚ ਆ ਜਾਂਦੀ, ਜਿਹੜੇ ਗਰੀਬ ਲੋਕ ਨੇ ਉਹਨਾਂ ਦੇ ਰਹਿਣ ਸਹਿਣ ਦਾ ਢੰਗ ਤਰੀਕਾ ਉਹ ਇੰਨਾ ਕੁ ਡਿਫੀਕਲਟ ਹੋ ਜਾਂਦਾ ਕਿ ਉਹਨਾਂ ਨੂੰ ਆਪਣਾ ਜਿਹੜਾ ਰਹਿਣ ਬਸੇਰਾ ਕਰਨਾ ਬੜਾ ਔਖਾ ਹੋ ਜਾਂਦਾ। ਸੋ ਪਿੰਡਾਂ ਦੇ ਹਾਲਾਤ ਤੇ ਸ਼ਹਿਰਾਂ ਦੇ ਹਾਲਾਤ, ਤੁਸੀਂ ਕਿਸੇ ਵੀ ਚੋਣਵੇਂ ਸ਼ਹਿਰ ਦਾ ਨਾਮ ਲੈ ਲਓ, ਉੱਥੇ ਨਰਕ ਵਰਗੀ ਜ਼ਿੰਦਗੀ ਜਿਹੜੀ ਹੈ ਉਹ ਆਮ ਲੋਕ ਬਤੀਤ ਕਰ ਰਹੇ ਨੇ, ਇਸੇ ਕਰਕੇ ਹੀ ਲੋਕਾਂ ਨੇ ਹੁਣ ਬਾਹਰ ਜਾਣ ਨੂੰ ਤਰਜੀਹ ਦਿੱਤੀ ਹੋਈ। ਕਰਨੈਲ ਸਿੰਘ ਜੀ, ਜਿੱਦਾਂ ਤੁਸੀਂ ਗੱਲ ਕੀਤੀ ਆ ਸਮਾਣੇ ਦੀ ਜਾਂ ਆਪਣੇ ਪਟਿਆਲੇ ਤੱਕ ਗੱਲ ਕਰ ਲਈ, ਉੱਧਰੋਂ ਬਠਿੰਡੇ ਦੀ ਗੱਲ ਕੀਤੀ ਆ, ਤੇ ਜਿਹੜੇ ਸਿਆਸੀ ਲੀਡਰ ਅੱਜ ਵੀ ਜੇ ਆਪਾਂ ਹਰਸਿਮਰਤ ਕੌਰ ਬਾਦਲ ਦਾ ਬਿਆਨ ਪੜ੍ਹ ਲਈਏ
ਤੇ ਉਹ ਮਨਪ੍ਰੀਤ ਨੂੰ ਕੋਸੀ ਜਾਂਦੀ ਆ ਤੇ ਮਨਪ੍ਰੀਤ ਉਹਨੂੰ ਕੋਸੀ ਜਾਂਦਾ, ਇੱਕ ਦੂਸਰੇ ਤੇ ਤਾਨੇ ਮਿਹਣੇ ਹੋਈ ਜਾਂਦੇ। ਇਸੇ ਤਰ੍ਹਾਂ ਜੇ ਜਿੱਦਾਂ ਤੁਸੀਂ ਕਿਹਾ ਜਿਹੜੀ ਮੌਜੂਦਾ ਸਰਕਾਰ ਆ, ਮੁੱਖ ਮੰਤਰੀ ਕੈਪਟਨ ਸਾਹਿਬ, ਉਹ ਵੀ ਬੇਬਸ ਆ ਬਈ। ਇਹ ਹਾਲਾਤ ਹਰ ਸਾਲ ਹੁੰਦੇ ਆ ਤੇ ਫਿਰ ਵੀ ਇਹਨਾਂ ਵੱਲ ਧਿਆਨ ਕਿਉਂ ਨਹੀਂ ਦਿੱਤਾ ਜਾਂਦਾ? ਦੇਖੋ, ਇਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਇਹਦੇ ਤੇ ਸਿਰਫ ਪੋਲਿਟਿਕਸ ਹੋਣੀ ਹੈ, ਇੱਕ ਦੂਸਰੇ ਉੱਤੇ ਇਲਜ਼ਾਮ ਤਰਾਸ਼ੀ ਹੋਣੀ, ਇਸ ਤੋਂ ਵੱਧ ਇਹਨਾਂ ਨੇ ਕੁਝ ਨਹੀਂ ਕਰਨਾ। ਹਾਂਜੀ, ਨਹੀਂ ਤਾਂ ਤੁਸੀਂ ਇਹ ਦੇਖੋ ਕਿ ਪਿਛਲੇ 72 ਸਾਲਾਂ ਦੇ ਵਿੱਚ, ਪਿਛਲੇ ਤੁਸੀਂ ਸਾਲ ਛੱਡ ਦਿਓ, ਜਿਹੜੇ 15 ਸਾਲ ਦਾ ਰਾਜ ਹੈ ਬਾਦਲ ਸਰਕਾਰ ਦਾ, ਇਹ ਦੋ ਵਾਰ ਕੈਪਟਨ ਦੀ ਸਰਕਾਰ ਰਹਿ ਚੁੱਕੀ ਹੈ। ਸੋ ਇਹ ਜਿਹੜੇ ਆਪਾਂ ਹੁਣ ਦੇ ਆ 2-3 ਦਹਾਕਿਆਂ ਦੀ ਗੱਲ ਕਰ ਲਈਏ, ਜਿਹੜੇ ਇੱਥੇ ਅਰਬਾਂ ਰੁਪਏ ਦੇ ਟੈਕਸ ਲੈ ਜਾਂਦੇ ਆਮ ਜਨਤਾ ਦੇ ਕੋਲੋਂ, ਹੁਣ ਤਾਂ GST ਲਾ ਦਿੱਤਾ ਹਰ ਚੀਜ਼ ਦੇ ਉੱਤੇ, ਤੁਸੀਂ ਪਾਣੀ ਪੀਣਾ, ਸਾਹ ਲੈਣਾ, ਰੋਟੀ ਖਾਣੀ, ਕੋਈ ਚੀਜ਼ ਵੀ ਇਹ ਸਬਜ਼ੀਆਂ ਤੋਂ ਲੈ ਕੇ ਹਰ ਚੀਜ਼ ਦੇ ਉੱਤੇ GST ਲੱਗਾ। ਤਾਂ ਇਹ ਜਿਹੜਾ ਇੰਨਾ ਕਰੋੜਾਂ ਰੁਪਏ ਦਾ ਟੈਕਸ ਜਿਹੜਾ ਇਕੱਠਾ ਕੀਤਾ ਜਾਂਦਾ, ਉਹਨੂੰ ਸਟੇਟ ਲਈ ਇਸਤੇਮਾਲ ਨਹੀਂ ਕੀਤਾ ਜਾਂਦਾ। ਕੇਂਦਰ ਸਰਕਾਰ ਇੱਥੋਂ ਟੈਕਸ ਸਾਡੇ ਕੋਲ ਲੈ ਕੇ ਜਾ ਰਹੀ ਹੈ, ਇੱਥੋਂ ਪੰਜਾਬ ਦਾ ਸਰਮਾਇਆ ਲੁੱਟਿਆ ਜਾ ਰਿਹਾ। ਲੇਕਿਨ ਪੰਜਾਬ ਨੂੰ ਇੱਕ ਜਿਹੜੀ ਮੇਨ ਪੋਲਿਸੀ ਦੇ ਨਾਲ ਜੋੜਨਾ ਚਾਹੀਦਾ, ਜਿਵੇਂ ਤੁਸੀਂ, ਮੈਂ ਚੰਡੀਗੜ੍ਹ ਬੈਠ ਕੇ ਤੁਹਾਡੇ ਨਾਲ ਗੱਲ ਕਰ ਰਿਹਾ, ਚੰਡੀਗੜ੍ਹ ਦੇ ਅੰਦਰ ਭਾਵੇਂ ਜਿੰਨਾ ਮਰਜ਼ੀ ਮੀਂਹ ਪੈ ਜਾਵੇ, ਜਿੰਨੀ ਮਰਜ਼ੀ ਬਾਰਿਸ਼ ਹੋ ਜਾਵੇ, ਲੇਕਿਨ ਇੱਕ ਘੰਟੇ ਦੇ ਵਿੱਚ ਸੀਵਰੇਜ ਦਾ ਸਿਸਟਮ ਇੰਨਾ ਵਧੀਆ ਹੈ ਕਿ ਉਹ ਪਾਣੀ ਜਿਹੜਾ ਪਤਾ ਹੀ ਲੱਗਦਾ ਕਿੱਥੋਂ ਆਇਆ, ਕਿੱਥੇ ਚਲਾ ਗਿਆ। ਠੀਕ ਹੈ, ਮੈਂ ਸਾਰੇ ਸੈਕਟਰਾਂ ਦੀ ਵੀ ਗੱਲ ਕਰਦਾ, ਮੇਨ ਜਿਹੜੇ ਹੈਗੇ ਨੇ ਸੈਕਟਰ, ਉਹਨਾਂ ਦੇ ਵਿੱਚ ਗੱਲ ਕਰਦਾ। ਮਤਲਬ ਕਿ 75-80% ਇੱਥੇ ਜਿਹੜਾ ਫੋਰਨ ਦਾ ਕਲਚਰ ਹੈ ਜਾਂ ਉੱਥੋਂ ਦਾ ਸਟਰਕਚਰ ਹੈ, ਉਹਨੂੰ ਇੱਥੇ ਇਹਨਾਂ ਨੇ ਇਸਤੇਮਾਲ ਕਰਦੇ ਨੇ। ਕੀ ਇਹ ਜਿਹੜਾ ਸਾਡੇ ਪੰਜਾਬ ਦੇ ਪਿੰਡਾਂ ਦੇ ਵਿੱਚ ਕਿਉਂ ਨਹੀਂ ਹੋ ਸਕਿਆ? ਜਦੋਂ ਅਸੀਂ ਕਹਿੰਦੇ ਹਾਂ ਕਿ ਸਾਡਾ ਪੰਜਾਬ ਜਿਹੜਾ ਇੱਕ ਮੋਹਰੀ ਰਾਜ ਹੈ, ਹਰ ਖੇਤਰ ਦੇ ਵਿੱਚ ਅੱਗੇ ਰਿਹਾ, ਲੇਕਿਨ ਅੱਜ ਹਰ ਖੇਤਰ ਦੇ ਵਿੱਚ ਪਿੱਛੇ ਜਾ ਰਿਹਾ। ਹੁਣ ਕੀ ਹੋਣਾ ਕਿ ਇੱਕ ਤਾਂ ਪਾਣੀ ਦਾ, ਪਹਿਲੀ ਗੱਲ ਤਾਂ ਅਜੇ ਪਹਿਲੀ ਬਾਰਿਸ਼ ਹੋਈ ਹੈ, ਸਾਉਣ ਦੀ ਜਿਹੜੀ ਸੰਗਰਾਂਦ, ਸਾਵਣ ਮਹੀਨੇ ਦੀ, ਉਸ ਦਿਨ ਬਾਰਿਸ਼ ਹੋਈ ਹੈ, ਤੇ ਉਸ ਤੋਂ ਬਾਅਦ ਜਿਹੜੇ ਹਾਲਾਤ ਹੋ ਗਏ ਨੇ, ਨੱਕੋ ਨੱਕ ਪਾਣੀ ਜਿਹੜਾ ਭਰਿਆ ਪਿਆ ਗਲੀਆਂ ਨਾਲੀਆਂ ਸ਼ਹਿਰਾਂ ਦੇ ਵਿੱਚ ਵੀ, ਔਰ ਉਸ ਤੋਂ ਬਾਅਦ ਇੱਕ ਨਰਕ ਭਰੀ ਜ਼ਿੰਦਗੀ ਜਿਹੜੀ ਹੈ ਉਹ ਹੁਣ ਸਟਾਰਟ ਹੋਣੀ ਹੈ। ਇਸ ਤੋਂ ਬਾਅਦ ਇਹ ਪਾਣੀ ਜਿਹੜਾ ਬਦਬੂ ਮਾਰੇਗਾ, ਔਰ ਮੱਖੀਆਂ, ਮੱਛਰ, ਬਿਮਾਰੀਆਂ ਫੈਲਣਗੀਆਂ, ਜੰਤੂ ਨੇ ਉਹ ਹੋਣ ਕਰਕੇ ਉਸ ਤੋਂ ਬਾਅਦ ਬਿਮਾਰੀਆਂ ਫੈਲਣਗੀਆਂ। ਤਾਂ ਬਿਮਾਰੀਆਂ ਨੂੰ ਰੋਕਣ ਵਾਸਤੇ ਆਮ ਲੋਕਾਂ ਦੇ ਲਈ ਡਿਸਪੈਂਸਰੀਆਂ ਦੇ ਵਿੱਚ ਸਸਤੀਆਂ ਦਵਾਈਆਂ ਜਾਂ ਫ੍ਰੀ ਦਵਾਈਆਂ, ਉਹਨਾਂ ਦਾ ਕੋਈ ਪ੍ਰਬੰਧ ਨਹੀਂ। ਤੁਸੀਂ ਮੈਡੀਕਲ ਸਟੋਰਾਂ ਦੇ ਉੱਤੇ ਜਾ ਕੇ ਹਾਲਾਤ ਦੇਖੋ, ਇੰਨੀਆਂ ਮਹਿੰਗੀਆਂ ਦਵਾਈਆਂ ਨੇ, ਲੋਕ ਉਹ ਦਵਾਈਆਂ ਲੈਣ ਤੋਂ ਤਰ੍ਹਾਂ ਤਰ੍ਹਾਂ ਕਰਦੇ ਪਏ ਨੇ। ਸੋ ਇਹ ਇੱਕ ਆਫਤ ਦੇ ਨਾਲ ਕਈ ਆਫਤਾਂ ਜੁੜੀਆਂ ਹੋਈਆਂ ਨੇ। ਕਰਨੈਲ ਸਿੰਘ ਜੀ, ਜ਼ਿੰਦਗੀ ਜਿਹੜੀ ਹੈ ਜਿਉਣੀ ਮਹਾਲ ਹੋਈ ਪਈ। ਹਾਂਜੀ ਕਰਨੈਲ ਸਿੰਘ ਜੀ, ਇਹ ਜਿਹੜੀ ਗੱਲ ਤੁਸੀਂ ਕੀਤੀ ਹੈ ਬਹੁਤ ਮਤਲਬ, ਇਹਦੇ ਜਿਹੜੇ ਮੀਂਹ ਜਦੋਂ ਪੈਂਦੇ ਆ ਇਹਦੇ ਤੋਂ ਗਾਂ ਜਿਹੜੀਆਂ ਹੋਰ ਨੁਕਸਾਨ ਹੁੰਦੇ ਆ, ਇੱਕ ਤਾਂ ਜਿਹੜਾ ਹੁੰਦਾ ਹੀ ਆ ਪਾਣੀ, ਦੇਖੋ ਇੱਕ ਪਾਸੇ ਤਾਂ ਪੰਜਾਬ ਜਦੋਂ ਉੱਦਾਂ ਪਾਣੀ ਦੇ ਲੜ ਰਿਹਾ, ਜਿਹੜਾ ਸਰਕਾਰਾਂ ਕਹਿੰਦੀਆਂ ਵੀ ਪੰਜਾਬ ਦਾ ਪਾਣੀ ਬਾਹਰ ਦੇ ਦੇਣਾ, ਦੂਜੀ ਵਾਰੀ ਜਦੋਂ ਕੁਦਰਤੀ ਆਫਤ ਆਉਂਦੀ ਆ, ਇਕੱਲੀ ਪੰਜਾਬ ਦੇ ਵਿੱਚ ਨਹੀਂ ਪੂਰੀ ਭਾਰਤ ਦੇ ਵਿੱਚ ਆਈ ਹੋਈ ਆ, ਤੇ ਸਾਡੇ ਜਿਹੜੀਆਂ ਇੱਥੇ ਬਾਹਰੋਂ, ਮੈਂ ਇਹ ਕਹਿ ਲੈਂਦਾ ਵੀ ਜਿਹੜੀਆਂ ਸਿੱਖ ਜਥੇਬੰਦੀਆਂ, ਮਤਲਬ ਜਦੋਂ ਵੀ ਕੋਈ ਕੁਦਰਤੀ ਆਫਤ ਆਉਂਦੀ ਆ, ਜਥੇਬੰਦੀਆਂ ਲਾ ਲਓ ਜਾਂ ਟੈਲੀਵਿਜ਼ਨ ਲਾ ਲਓ ਜਾਂ ਕੋਈ ਵਿਅਕਤੀਗਤ ਤੌਰ 'ਤੇ ਲਾ ਲਓ, ਉਹ ਉਦੋਂ ਹੀ ਲੰਗਰ ਲੈ ਕੇ ਬਾਹਰਲੇ ਸੂਬਿਆਂ ਨੂੰ ਭੱਜਦੇ ਆ ਵੀ ਅਸੀਂ ਇਹਨਾਂ ਦੀ ਮਦਦ ਕਰੀਏ, ਜਦੋਂ ਕਿ ਪੰਜਾਬ ਦੇ ਦੇਖ ਲਓ ਅੱਜ ਪੰਜਾਬ ਦੇ ਵਿੱਚ ਜਿੱਥੇ ਲੋੜ ਹੈ ਸਾਡੇ ਆਪਣੇ ਲੋਕਾਂ ਨੂੰ, ਉੱਥੇ ਕਿਉਂ ਚੁੱਪ ਨੇ ਸਾਰੇ? ਮੈਂ ਨੀ ਕਿਸੇ ਦੀ ਨੁਕਤਾ ਚੀਨੀ ਨੀ, ਅਸੀਂ ਕਹਿੰਦੇ ਕਾਰਨ ਲੱਖਾਂ ਦੀ ਕਾਰਨ, ਪਹਿਲਾਂ ਪੰਜਾਬ ਨੂੰ ਤਾਂ ਦੇਖਣ, ਆਪਣੇ ਪੰਜਾਬ ਨੂੰ। ਉਹ ਸਾਰੀਆਂ ਸੰਸਥਾਵਾਂ ਜਿਹੜੀਆਂ ਜੰਮੂ ਕਸ਼ਮੀਰ ਦੇ ਵਿੱਚ ਜਾਂਦੀਆਂ ਨੇ, ਜਿਹੜੀਆਂ ਉੜੀਸਾ ਦੇ ਵਿੱਚ ਜਾਂਦੀਆਂ ਨੇ, ਜਾਣਾ ਚਾਹੀਦਾ, ਬਹੁਤ ਚੰਗੀ ਗੱਲ ਹੈ। ਲੇਕਿਨ ਅੱਜ ਪੰਜਾਬ ਦੇ ਆਮ ਲੋਕਾਂ ਦੇ ਮੀਡੀਆ ਉਹ ਚੀਜ਼ ਦਿਖਾ ਨਹੀਂ ਰਿਹਾ। ਜਾ ਕੇ ਤੁਸੀਂ ਹਾਲਾਤ ਦੇਖੋ, ਗਰਾਊਂਡ ਜ਼ੀਰੋ ਦੇ ਉੱਤੇ ਜਾ ਕੇ ਜੇ ਤੁਸੀਂ ਦੇਖੋਗੇ, ਬੜੇ ਹੀ ਭਿਆਨਕ ਹਾਲਾਤ ਨੇ। ਆਮ ਲੋਕ ਜਿਹੜੇ ਆ, ਬੱਚੇ ਜਿਹੜੇ ਸਕੂਲਾਂ ਦੇ ਵਿੱਚ ਪੜ੍ਹਨ ਨਹੀਂ ਜਾ ਸਕਦੇ, ਸਕੂਲਾਂ ਦੇ ਵਿੱਚ ਛੁੱਟੀਆਂ ਜਬਰੀ ਕੀਤੀਆਂ ਜਾ ਰਹੀਆਂ ਨੇ, ਔਰ ਬਹੁਤ ਹੀ ਇੱਕ ਤ੍ਰਾਸਦੀ ਦੇ ਮਾਹੌਲ ਦੇ ਵਿੱਚੋਂ ਪੰਜਾਬ ਦੇ ਲੋਕ ਲੰਘ ਰਹੇ ਨੇ। ਕਿਉਂਕਿ ਜਿਹੜਾ ਥੋੜਾ ਸੁਖੀ ਵੱਸ ਰਿਹਾ ਉਹਨੂੰ ਇੰਜ ਲੱਗ ਰਿਹਾ ਕਿ ਇਸ ਤਰ੍ਹਾਂ ਦੇ ਹਾਲਾਤ ਨਹੀਂ ਹੈਗੇ। ਠੀਕ ਹੈ, ਪੰਜਾਬ ਦੇ ਹਾਲਾਤ ਪਿੰਡਾਂ ਦੇ ਵਿੱਚ ਜਾ ਕੇ ਤੁਸੀਂ ਦੇਖੋਗੇ, ਜਾਂ ਜਿਹੜੇ ਕਸਬੇ ਨੇ ਉੱਥੇ ਬਹੁਤ ਹੀ ਕਈ, ਮੈਂ ਸਾਰੇ ਥਾਵਾਂ ਦਾ ਅਕਸਰ ਹੀ ਪੰਜਾਬ ਵਿੱਚ ਘੁੰਮਣ ਦਾ ਮੌਕਾ ਮਿਲਦਾ ਰਹਿੰਦਾ, ਇੰਨੇ ਕੁ ਚਿੱਕੜ ਤੇ ਇਸ ਤਰ੍ਹਾਂ ਦੇ ਹਾਲਾਤ ਕਿ ਜਿਵੇਂ ਕਿ ਪਤਾ ਨੀ ਅਸੀਂ ਕਿੱਥੇ ਆ ਗਏ ਹੁੰਦੇ ਹਾਂ। ਛੋਟੇ ਛੋਟੇ ਕਸਬੇ ਆ ਜਿਹੜੇ, ਉਹਨਾਂ ਦੇ ਵਿੱਚ ਇੰਨਾ ਕੁ ਹੈ ਕਿ ਤੁਸੀਂ ਲੰਘ ਨੀ ਸਕਦੇ ਉੱਥੋਂ। ਸੋ ਇਹ ਜਿਹੜੀ ਇਹ ਸਰਕਾਰਾਂ ਦੀ ਨਲਾਇਕੀ ਔਰ ਲਾਲਚ
ਤੇ ਆਪਣੇ ਘਰਾਂ ਦੀ ਪੂਰਤੀ ਵਾਸਤੇ ਤੇ ਬਾਕੀ ਲੋਕਾਂ ਦੇ ਬਾਰੇ ਸੋਚਣਾ ਨੀ ਗਾ ਆਤਮਾ ਵੱਲੋਂ, ਔਰ ਜਿਹੜੀਆਂ ਗ੍ਰਾਂਟਾਂ ਨੇ ਉਹਨਾਂ ਨੂੰ ਖਾਇਆ ਜਾਂਦਾ। ਔਰ ਇੱਥੇ ਇੱਕ ਮਨਰੇਗਾ ਸਕੀਮ ਜਿਹੜੀ ਇੰਡੀਅਨ ਗਵਰਨਮੈਂਟ ਨੇ ਸ਼ੁਰੂ ਕੀਤੀ ਸੀ, ਜਿੰਨਾ ਦੁਰਉਪਯੋਗ ਹੋਇਆ ਜਿਹੜੇ ਗਰੀਬ ਲੋਕਾਂ ਨੂੰ ਇੱਕ ਉਜਰਤ ਮਿਲਣੀ ਚਾਹੀਦੀ ਹੈ, ਉਹਨਾਂ ਨੂੰ ਕੀ ਹੁੰਦਾ ਕਿ ਉਹਨਾਂ ਨੂੰ ਏਟੀਐਮ ਕਾਰਡ ਇਹਨਾਂ ਨੇ ਦਿੱਤੇ ਬਣਾ ਕੇ, ਉਹਨਾਂ ਦੇ ਬੈਂਕ ਦੇ ਅਕਾਊਂਟ ਖੁੱਲੇ ਹੋਏ ਆ। ਲੇਕਿਨ ਜਿਹੜੇ ਪਿੰਡਾਂ ਦੇ ਬਹੁਤੇ ਸਰਪੰਚ, ਮੈਂ ਸਾਰਿਆਂ ਦਾ ਨਾਮ ਨੀ ਲੈਂਦਾ, ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੇ ਲਾਲਚੀ ਲੋਕ ਨੇ ਉਹ ਕੀ ਕਰਦੇ ਨੇ ਕਿ ਮਨਰੇਗਾ ਦੇ ਜਿਹੜੇ ਏਟੀਐਮ ਕਾਰਡ ਨੇ ਉਹ ਆਪਣੇ ਹੱਥਾਂ ਵਿੱਚ ਲੈ ਲੈਂਦੇ ਆ। ਜਿਹੜਾ ਬੰਦਾ ਉਜਰਤ ਕਰ ਰਿਹਾ ਉਹਦੇ ਉਹ ਜਿਹੜੇ ਪੈਸੇ ਨੇ ਉਹ ਆਪਣੀ ਮਰਜ਼ੀ ਨਾਲ ਉਹਨੂੰ ਜਿੰਨੇ ਕੁ ਉਹਨਾਂ ਦੇਣੇ ਦੇ ਕੇ ਬਾਕੀ ਪੈਸੇ ਜਿਹੜੇ ਉਹ ਆਪ ਲੈ ਲਏ ਜਾਂਦੇ ਆ। ਮਤਲਬ ਭ੍ਰਿਸ਼ਟਾਚਾਰ ਜਿਹੜਾ ਹਰ ਗੱਲ ਤੇ ਭ੍ਰਿਸ਼ਟਾਚਾਰ, ਹਰ ਚੀਜ਼ ਤੇ ਭ੍ਰਿਸ਼ਟਾਚਾਰ ਹੋ ਰਿਹਾ। ਹਾਂ, ਜਿਹੜਾ ਆਪਾਂ ਇਹ ਗੱਲ ਕਹਿੰਦੇ ਆ ਨਾ ਕਿ ਭ੍ਰਿਸ਼ਟਾਚਾਰ ਦਾ ਹੁਣ ਕੋਈ ਪਮਾਨਾ ਹੀ ਨੀ ਬਚਿਆ। ਕਰਨੈਲ ਸਿੰਘ ਜੀ, ਜਿੱਦਾਂ ਹੁੰਦਾ ਸੀ ਆਪਾਂ ਹੋਰ ਵੀ ਟੌਪਿਕ ਤੇ ਗੱਲ ਕਰਨੀ ਆ, ਜਿੱਦਾਂ ਆਪਾਂ ਇਹਦੇ ਤੇ ਲਾਸਟ ਪੁਆਇੰਟ ਮੈਂ ਤੁਹਾਡਾ ਲੈਣਾ ਚਾਹੁੰਦਾ ਵੀ ਜਿਹੜੇ ਮਤਲਬ ਸਹਾਇਤਾ ਕਰਦੀਆਂ ਜਥੇਬੰਦੀਆਂ ਜਾਂ ਵਿਅਕਤੀਗਤ ਤੌਰ ਤੇ ਜਾਂ ਕੋਈ ਟੀਵੀ ਚੈਨਲ ਵੀ ਜਿਹੜੇ ਆ ਉਹ ਵੀ ਮਤਲਬ ਆਪਣੇ ਆਪਣੇ ਤਰੀਕੇ ਨਾਲ ਚਾਹੁੰਦੇ ਆ ਵੀ ਉਹ ਸਹਾਇਤਾ ਕਰ ਵੀ ਰਹੇ, ਬਿਹਾਰ 'ਚ ਵੀ ਇੱਥੋਂ ਗਏ ਹੋਏ ਆ, ਅਤੇ ਉਹਨਾਂ ਨੂੰ ਤੁਸੀਂ ਆਪਣੇ ਵੱਲੋਂ ਜਿਹੜੇ ਪੰਜਾਬ ਦੇ ਹਾਲਾਤ ਤੁਸੀਂ ਆਵਾਜ਼ ਕੌਮ ਟੀਵੀ 'ਤੇ ਦੱਸਿਆ, ਉਹਨਾਂ ਨੂੰ ਵੀ ਕੁਝ ਕਹਿਣਾ ਚਾਹੁੰਦੇ ਆ? ਮੈਂ ਬੇਨਤੀ ਕਰਨੀ ਚਾਹੁੰਦਾ ਸਾਰਿਆਂ ਨੂੰ ਕਿ ਦੇਖੋ ਜੀ, ਤੁਹਾਡੇ ਆਪਣੇ ਘਰਾਂ 'ਚ ਹੁਣ ਕੀ ਹੋ ਰਿਹਾ, ਸਮਾਜ 'ਤੇ ਵੀ ਸੰਸਥਾਵਾਂ ਦੇ ਵੀ ਬਹੁਤ ਸਾਰੀਆਂ ਬਣੀਆਂ, ਕਈ ਇਸ ਤਰ੍ਹਾਂ ਦੇ ਸੱਜਣ ਵੀ ਹੈਗੇ ਆ ਜਿਹਨਾਂ ਜਿਹੜੇ ਆਪਣੇ ਮਾਪਿਆਂ ਦੀ ਸੇਵਾ ਨਹੀਂ ਕਰਦੇ। ਉਹ ਕਹਿੰਦੇ ਆ ਜੀ ਕਿ ਆਉਣਗੇ ਕਿ ਆਹ ਬਜ਼ੁਰਗ ਵੇਖੋ ਜੀ ਉਹਦੇ ਕੀ ਹਾਲਾਤ ਨੇ, ਉਹਦੀ ਸੇਵਾ ਕੀਤੀ ਆ, ਚੰਗੀ ਗੱਲ ਹੈ। ਲੇਕਿਨ ਸਾਡੇ ਆਪਣੇ ਆਪ ਤੋਂ ਸਾਨੂੰ ਸ਼ੁਰੂ ਕਰਨਾ ਪਵੇਗਾ, ਐਵੇਂ ਸਾਡੀ ਆਪਣੀ ਸਟੇਟ ਹੈ ਸਾਡੇ ਪੰਜਾਬ ਦੇ। ਮੈਂ ਅਕਸਰ ਹੀ ਕਹਿੰਦਾ ਰਹਿੰਦਾ ਪੰਜਾਬ ਮਾਲਵਾ ਮਾਝਾ ਤੇ ਦੁਆਬਾ ਤਿੰਨ ਜ਼ੋਨਾਂ ਦੇ ਵਿੱਚ ਵੰਡਿਆ ਹੋਇਆ, ਤਾਂ ਸਾਡੇ ਜਿਹੜੇ NRI ਭੈਣ ਭਰਾ ਨੇ ਉਹਨਾਂ ਨੂੰ ਚਾਹੀਦਾ ਜਿਹੜੀ ਆਪਣੀ ਸਰ ਜ਼ਮੀਨ ਦੇ ਉੱਤੇ ਉਹ ਜਿੰਨਾ ਵੀ ਯੋਗਦਾਨ ਪਾ ਸਕਦੇ ਨੇ, ਕਿਉਂਕਿ ਅੱਜ ਇੱਕ ਸੋਸ਼ਲ ਮੀਡੀਆ ਦਾ ਯੁੱਗ ਹੈ, ਅੱਜ ਟੈਕਨੀਕਲ ਫੈਸਿਲਿਟੀ ਸਾਡੇ ਕੋਲ ਮੌਜੂਦ ਨੇ, ਅਸੀਂ ਹਰ ਜਗ੍ਹਾ ਦੇ ਉੱਤੇ ਲਾਈਵ ਦੇਖ ਸਕਦੇ ਹਾਂ ਇੱਕ ਦੂਜੇ ਨੂੰ। ਠੀਕ ਹੈ, ਸਾਨੂੰ ਮੈਂ ਕਹਾਂਗਾ ਆਵਾਜ਼ ਕੌਮ ਕਿ ਤੁਸੀਂ ਆਪਣੀਆਂ ਟੀਮਾਂ ਜਿਹੜੀਆਂ ਨੇ ਉਹਨਾਂ ਜਿਹੜੀਆਂ ਗੁਰਬਤ ਭਰੀ ਜ਼ਿੰਦਗੀ ਜਿਹੜੇ ਲੋਕ ਬਤੀਤ ਕਰਦੇ ਨੇ ਉੱਥੇ ਤੁਸੀਂ ਭੇਜੋ, ਔਰ ਉੱਥੇ ਜਾ ਕੇ ਉਹ ਹਾਲਾਤ ਦੇਖਣ ਤੇ ਉੱਥੋਂ ਰਿਪੋਰਟਿੰਗ ਕਰਨ ਗਰਾਊਂਡ ਜ਼ੀਰੋ ਤੋਂ, ਤਾਂ ਕਿ ਪਤਾ ਲੱਗ ਸਕੇ ਲੋਕਾਂ ਨੇ ਡਿਵੈਲਪਮੈਂਟ ਕੀਤੀ ਹੈ। ਤੇ ਇਸੇ ਕਰਕੇ ਹੀ ਅੱਜ ਪੰਜਾਬ ਦਾ ਜਿਹੜਾ ਯੂਥ ਬ੍ਰੇਨ ਡਰੇਨ ਕਿਉਂ ਹੋ ਰਿਹਾ, ਪੰਜਾਬ ਦਾ ਜਿਹੜਾ ਜਿਹੜਾ ਸੁਲਝਿਆ ਹੋਇਆ ਕੋਈ ਵੀ ਆਪਣੇ ਆਪ ਨੂੰ ਥੋੜੇ ਬਹੁਤੀ ਜਿਹੜੀ ਜਾਣਕਾਰੀ ਦੁਨੀਆਂ ਦੀ ਰੱਖਦਾ ਉਹ ਕਹਿੰਦਾ ਕਿ ਮੈਂ ਹੁਣ ਇੱਥੋਂ ਨਿਕਲ ਜਾਵਾਂ, ਜਦੋਂ ਕਿ ਸਾਡੀ ਉਹ ਗੁਰੂਆਂ ਦੀ ਪਵਿੱਤਰ ਧਰਤੀ ਜਿਸ ਸਰਜਮੀਨ ਦਾ ਦੁਨੀਆਂ ਦੇ ਵਿੱਚ ਕਿਤੇ ਵੀ ਇੰਨੀ ਮਹਿੰਗੀ ਤੇ ਇੰਨੀ ਵਧੀਆ ਇੰਨੀ ਜਰਖੇਜ਼ ਧਰਤੀ ਹੋਵੇ, ਤੇ ਅੱਜ ਅਸੀਂ ਉਹ ਕਿੰਨਾ ਲੋਕਾਂ ਵਾਸਤੇ ਛੱਡ ਕੇ ਜਾ ਰਹੇ ਹਾਂ। ਕਿਉਂਕਿ ਅੱਜ ਤੁਸੀਂ ਦੇਖੋ ਜਿੰਨੀਆਂ ਰੇਹੜੀਆਂ ਲੱਗਦੀਆਂ ਨੇ ਜਿਹੜੀਆਂ ਸਬਜ਼ੀਆਂ ਸਾਨੂੰ ਇਸਤੇਮਾਲ ਕਰਨ ਲਈ ਮਿਲਦੀਆਂ ਨੇ ਰੋਜ਼ਮਰਾ ਜ਼ਿੰਦਗੀ ਦੇ ਵਿੱਚ, ਉਹ ਸਾਰਾ ਭਾਈਆਂ ਦੇ ਕੋਲ ਕੰਟਰੋਲ ਆ ਗਿਆ। ਜਿਹੜੀ ਰਾਜਗਿਰੀ ਜਿਹੜੇ ਆਪਾਂ ਕਹਿੰਦੇ ਸੀ ਕਿ ਸਾਡੇ ਆਪਣੇ ਮਿਸਤਰੀ ਭੈਣ ਭਰਾ ਹੁੰਦੇ ਸੀ, ਉਹ ਵੀ ਅੱਜ ਸਾਰਾ ਕੰਮ ਜਿਹੜਾ ਭਾਈਆਂ ਦੇ ਹੱਥ ਵਿੱਚ ਆ ਗਿਆ। ਮੈਂ ਇਸ ਗੱਲ ਦਾ ਕੋਈ ਉਹ ਨੀ ਕਹਾਂਗਾ ਕਿ ਲੈ ਵੀ ਕੋਈ ਮੈਂ ਕਿਸੇ ਕੋਈ ਨਸਲੀ ਇਸ ਗੱਲ ਨੂੰ ਮੁੱਦਾ ਠਾ ਰਿਹਾ, ਪਰ ਮੈਂ ਗੱਲ ਕਹਿੰਦਾ ਕਿ ਜਿੱਥੇ ਅਸੀਂ ਬਾਹਰ ਵਿਦੇਸ਼ਾਂ ਦੇ ਵਿੱਚ ਵੀ ਜਾਂਦੇ ਹਾਂ ਕੰਮ ਹੀ ਲੱਭਦੇ ਆ ਨਾ, ਸਾਨੂੰ ਉੱਥੇ ਕੰਮ ਮਿਲੇ, ਲੇਕਿਨ ਸਾਡੇ ਇੱਥੇ ਆਪਣੇ ਸਾਰੇ ਕੰਮ ਜਿਹੜੇ ਆ ਉਹ ਸਾਡੇ ਉਹਨਾਂ ਲੋਕਾਂ ਦੇ ਹੱਥਾਂ ਦੇ ਵਿੱਚ ਜਾ ਰਹੇ ਨੇ ਜਿਹਨਾਂ ਤੋਂ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਕੱਲ ਨੂੰ ਕੀ ਅਸੀਂ ਭਈਆ ਸਥਾਨ ਬਣਾਉਣਾ ਪੰਜਾਬ ਨੂੰ। ਪੰਜਾਬ ਦੇ ਵਿੱਚ ਜਦੋਂ ਇਹ ਹਾਲਾਤ ਤਾਂ ਬਣਦੇ ਨੇ ਕਿ ਇੱਥੇ ਵੈਲ ਪਲੈਨਡ ਤਰੀਕੇ ਦੇ ਨਾਲ ਜਿਹੜੀ ਡਿਵੈਲਪਮੈਂਟ ਹੋਣੀ ਚਾਹੀਦੀ ਸੀ ਉਹ ਨਹੀਂ ਹੋ ਸਕੀ, ਤੇ ਉਸ ਦੇ ਵਿੱਚ ਜਿਹੜਾ ਪੰਜਾਬ ਦੇ ਅੰਦਰ ਪਾਣੀਆਂ ਦੀ ਇੱਕ ਐਸੇ ਹਾਲਾਤ ਬਣੇ ਹੋਏ ਨੇ, ਪਹਿਲਾਂ ਸੋਕਾ ਫਿਰ ਬਾਅਦ ਵਿੱਚ ਕੁਦਰਤੀ ਜਿਹੜਾ ਜਦੋਂ ਬਾਰਿਸ਼ ਆਉਂਦੀ ਹੈ ਫਿਰ ਉੱਥੇ ਪੁਰਾਣੇ ਪਾਣੀ ਜਿਹੜਾ ਉਹਨੂੰ ਡੰਪ ਨਹੀਂ ਕੀਤਾ ਜਾਣ ਦਾ ਕੋਈ ਢੰਗ ਤਰੀਕਾ ਨਹੀਂ ਹੈਗਾ। ਅੱਗੇ ਪਿੰਡਾਂ 'ਚ ਛੱਪੜ ਹੁੰਦੇ ਸੀ, ਛੱਪੜ ਵੀ ਜਿਹੜੇ ਆ ਪੂਰ ਦਿੱਤੇ ਗਏ ਨੇ ਬਹੁਤ ਹੀ ਥਾਵਾਂ ਤੇ, ਪਿੰਡਾਂ ਦੇ ਵਿੱਚ ਜਿਹੜੀਆਂ ਜੜੀਆਂ ਬੂਟੀਆਂ ਇੰਨੀਆਂ ਗੁੱਗੀਆਂ ਹੋਈਆਂ ਨੇ ਕਿ ਉੱਥੇ ਤੁਸੀਂ ਪਾਣੀ ਤੁਹਾਡਾ ਜਿਹੜਾ ਉਹ ਇੰਨਾ ਕੁ ਖਰਾਬ ਹੁੰਦਾ ਉਹ ਤੁਸੀਂ ਇਸਤੇਮਾਲ ਕਰਨ ਯੋਗ ਨਹੀਂ ਰਹਿ ਜਾਂਦਾ। ਤੇ ਇਹ ਸੁਝਾਅ ਦਿੰਦੇ ਨੇ ਜਿਹੜੇ ਸਾਡੀ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿਹੜੇ ਵਿਗਿਆਨੀ ਭਰਾ ਨੇ, ਤੁਸੀਂ ਘਰਾਂ ਦੇ ਵਿੱਚ ਪਾਣੀ ਡੰਪ ਕਰੋ, ਪਰ ਘਰਾਂ ਦੇ ਵਿੱਚ ਕਿਵੇਂ ਪਾਣੀ ਕੋਈ ਡੰਪ ਕਰ ਸਕਦਾ? ਇਹਦੇ ਲਈ ਇੱਕ ਪਾਲਿਸੀ ਹੋਣੀ ਚਾਹੀਦੀ, ਸਟੇਟ ਪਾਲਿਸੀ ਹੋਣੀ ਚਾਹੀਦੀ ਹੈ ਕਿ ਇੱਕ ਸ਼ਹਿਰ ਇੱਕ ਕਸਬੇ ਦੇ ਵਿੱਚ
ਇੱਕ ਜਗ੍ਹਾ ਦੇ ਉੱਤੇ ਬਹੁਤ ਵੱਡੇ ਜਿਹੜੇ ਵੱਡੇ ਪੱਧਰ ਦੇ ਉੱਤੇ ਜਿਵੇਂ ਟੈਂਕਰ ਹੁੰਦੇ ਆ ਖੂਹ ਲਾਏ ਜਾਣ ਖੂਹ ਪੱਟੇ ਜਾਵੇ ਜਿੱਥੋਂ ਇਹ ਪਾਣੀ ਸ਼ੁੱਧ ਪਾਣੀ ਜਿਹੜਾ ਸਭ ਤੋਂ ਕੀਮਤੀ ਪਾਣੀ ਹੁੰਦਾ ਜਿਹੜਾ ਬਰਸਾਤ ਦਾ ਪਾਣੀ ਹੁੰਦਾ ਤੇ ਉਹਨੂੰ ਤੁਸੀਂ ਇਸਤੇਮਾਲ ਕਰਨ ਵਾਸਤੇ ਅੱਗੇ ਨਹਿਰਾਂ ਹੁੰਦੀਆਂ ਸੀ ਉਹ ਨਹਿਰਾਂ ਜਿਹੜੀਆਂ ਦਰਿਆ ਨਹਿਰਾਂ ਬਣਾ ਦਿੱਤੇ ਗਏ ਸਾਡੇ ਲਾਗੇ ਜਿਹੜਾ ਸਤਲੁਜ ਦਰਿਆ ਹੈ ਉਹ ਦਰਿਆ ਦੇ ਵਿੱਚ ਅੱਜ ਉਹ ਇੱਕ ਨਹਿਰ ਦਾ ਰੂਪ ਧਾਰਨ ਕਰ ਗਿਆ ਉੱਥੇ ਨਜਾਇਜ਼ ਕਬਜ਼ੇ ਹੋ ਗਏ ਉੱਥੇ ਇੰਨੇ ਕੁ ਜੜੀਆਂ ਬੂਟੀਆਂ ਇੰਨਾ ਕੁ ਬਹੁਤ ਕੁਝ ਉੱਗ ਚੁੱਕਾ ਤੇ ਜਿਹਦੇ ਉੱਪਰ ਸਰਕਾਰਾਂ ਤੇ ਜਿਹੜੇ ਇੰਜੀਨੀਅਰ ਨੇ ਜਾਂ ਜਿਹੜੇ ਠੇਕੇਦਾਰ ਨੇ ਉਹ ਜਦੋਂ ਵੀ ਕੋਈ ਗ੍ਰਾਂਟ ਆਉਂਦੀ ਹੈ ਉਹ ਉਹਦਾ ਪਤਾ ਹੀ ਨਹੀਂ ਲੱਗਦਾ ਕਿ ਉਹ ਕਿੱਥੇ ਚਲਾ ਜਾਂਦਾ ਕਰੋੜਾਂ ਅਰਬਾਂ ਰੁਪਏ ਜਿਹੜੇ ਖਪਤ ਹੋ ਜਾਂਦੇ ਆ ਲੇਕਿਨ ਹਰ ਸਾਲ ਇਹ ਸਮੱਸਿਆ ਦੇ ਵਿੱਚ ਜੂਝਣਾ ਪੈਂਦਾ ਜਿਹੜੀ ਜਿਹਦੇ ਉੱਤੇ ਆਪਣੇ ਕਰਨੈਲ ਸਿੰਘ ਜੀ ਜਿੱਦਾਂ ਚਲੋ ਆਪਾਂ ਇਹ ਤੇ ਕੁਦਰਤੀ ਆਫ਼ਤ ਤੇ ਆਪਣੇ ਲੋਕਾਂ ਦੇ ਫਰਜ਼ਾਂ ਤੇ ਆਪਾਂ ਗੱਲ ਕੀਤੀ ਆ ਜੋ ਹਾਲਾਤ ਸਰਕਾਰਾਂ ਨੂੰ ਕਰਨਾ ਚਾਹੀਦਾ ਉਹ ਨਹੀਂ ਕਰਦੀਆਂ ਦੂਏ ਪਾਸੇ ਜੇ ਆਪਾਂ ਸਿਆਸੀ ਮਾਹੌਲ ਤੇ ਵੀ ਆ ਜਾਂਦੇ ਹਾਂ ਸਿਆਸੀ ਗੱਲ ਵੀ ਕਰ ਲੈਂਦੇ ਹਾਂ ਬਈ ਸਿਆਸਤ ਤੌਰ ਤੇ ਬੜਾ ਜ਼ੋਰ ਤੁਸੀਂ ਆਪਣੇ ਤਰੀਕੇ ਨਾਲ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਵੀ ਰਹਿ ਕੇ ਬੜੀਆਂ ਮਤਲਬ ਟਰਾਈਆਂ ਕੀਤੀਆਂ ਲੋਕਾਂ ਨੂੰ ਇੱਧਰ ਨੂੰ ਖਿੱਚ ਕੇ ਲਿਆਉਣ ਦੇ ਕੇ ਤੀਸਰੀ ਧਿਰ ਬਣਾਈ ਜਾਵੇ ਤੀਸਰਾ ਫਰੰਟ ਬਣਾਇਆ ਜਾਵੇ ਬਰਗਾੜੀ ਮੋਰਚਾ ਲੱਗਾ ਉਸ ਤੋਂ ਬਾਅਦ ਫਿਰ ਵੀ ਲੇਕਿਨ ਤੁਸੀਂ ਜਿਹੜਾ ਅਕਾਲੀ ਦਲ ਟਕਸਾਲੀ ਦੇ ਨਾਲ ਰਲ ਕੇ ਵੀ ਕੰਮ ਕੀਤਾ ਪਰ ਹੋਇਆ ਕੁੱਝ ਨਹੀਂ ਜਿੱਦਾਂ ਪੱਲੇ ਕੁੱਝ ਨਹੀਂ ਪਿਆ ਨੁਕਸਾਨ ਹੀ ਹੋਇਆ ਦੇਖੋ ਭਾਈ ਰਘਵੀਰ ਸਿੰਘ ਜੀ ਗਲਤੀਆਂ ਤੋਂ ਹਮੇਸ਼ਾ ਸਿੱਖਿਆ ਮਿਲਦੀ ਹੈ ਤਾਂ ਗਲਤੀਆਂ ਤੋਂ ਸਿੱਖਿਆ ਇਹ ਮਿਲਦੀ ਹੈ ਕਿ ਹਉਮੈ ਹੰਕਾਰ ਦੇ ਵਿੱਚੋਂ ਸਾਨੂੰ ਸਾਰਿਆਂ ਨੂੰ ਬਾਹਰ ਆਉਣਾ ਪਵੇਗਾ ਮੇਰੀ ਕੱਲ ਵੀ ਸਰਦਾਰ ਸੁਖਪਾਲ ਸਿੰਘ ਖਹਿਰਾ ਦੇ ਨਾਲ ਤਕਰੀਬਨ ਇੱਕ ਘੰਟਾ ਮੀਟਿੰਗ ਹੋਈ ਹੈ ਮੈਂ ਉਹਨਾਂ ਨੂੰ ਵੀ ਇਹ ਗੱਲ ਕਹੀ ਸੀ ਕਿ ਆਪਾਂ ਕੱਲੇ ਕੱਲੇ ਜਿਹੜੀ ਜਦੋ ਜਹਿਦ ਕਰ ਰਹੇ ਹਾਂ ਉਸ ਜਦੋ ਜਹਿਦ ਦਾ ਓਨੀ ਦੇਰ ਤੱਕ ਕੋਈ ਵੀ ਨਤੀਜਾ ਨਹੀਂ ਨਿਕਲੇਗਾ ਜਿੰਨੀ ਦੇਰ ਤੱਕ ਅਸੀਂ ਇਕਜੁੱਟਤਾ ਦੇ ਨਾਲ ਇੱਕ ਸੀਕੁਐਂਸੀ ਜਿਹੜੀ ਹੁੰਦੀ ਹੈ ਉਹਨੂੰ ਬਣਾ ਕੇ ਤੇ ਧਾਰਮਿਕ ਖੇਤਰ ਦੇ ਵਿੱਚ ਜਿਹੜੇ ਜਾ ਸਕਦੇ ਆ ਉਹ ਧਾਰਮਿਕ ਖੇਤਰ ਦੇ ਵਿੱਚ ਕੰਮ ਕਰਨ ਜਿਹੜੇ ਰਾਜਨੀਤਿਕ ਖੇਤਰ ਵਿੱਚ ਕੰਮ ਕਰ ਸਕਦੇ ਉਹ ਰਾਜਨੀਤਿਕ ਖੇਤਰ ਵਿੱਚ ਕੰਮ ਕਰਨ ਸੋ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਸਾਨੂੰ ਅੱਛੇ ਢੰਗ ਦੇ ਨਾਲ ਸਾਨੂੰ ਕੰਮ ਕਰਨ ਦੀ ਲੋੜ ਹੈਗੀ ਹੈ ਸੋ ਉਸ ਦੇ ਲਈ ਇੱਕ ਜਿਹੜੀ ਹੈ ਯੂਨਿਟੀ ਦੀ ਬਹੁਤ ਵੱਡੀ ਲੋੜ ਹੈ ਤਾਂ ਉਹ ਯੂਨਿਟੀ ਕ੍ਰੀਏਟ ਕਰਨ ਵਾਸਤੇ ਜਿਹੜੇ ਪ੍ਰੋਗਰਾਮ ਨੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਕਿ ਰਾਜਨੀਤਿਕ ਤੌਰ ਤੇ ਸੱਭਿਆਚਾਰਕ ਤੌਰ ਤੇ ਸਾਨੂੰ ਸਾਰਿਆਂ ਨੂੰ ਵੰਡ ਕੇ ਉਹਨਾਂ ਦੇ ਉੱਤੇ ਕੰਮ ਕਰਨਾ ਚਾਹੀਦਾ ਜਿਵੇਂ ਬੈਂਸ ਬ੍ਰਦਰਸ ਨੇ ਉਹ ਪਾਣੀ ਦੇ ਉੱਤੇ ਕੰਮ ਕਰਨਾ ਉਹਨਾਂ ਨੇ ਸ਼ੁਰੂ ਕੀਤਾ ਜੋ ਰਾਜਸਥਾਨ ਨੂੰ ਸਾਡਾ ਪਾਣੀ ਜਾ ਰਿਹਾ ਸੀ ਉਹਦੀ ਜੋ ਲੁੱਟ ਘਸੁੱਟ ਹੋਈ ਹੈ ਜਿਹੜਾ 17,000 ਕਰੋੜ ਰੁਪਏ ਦੀ ਗੱਲ ਉਹਨਾਂ ਨੇ ਕੀਤੀ ਹੈ ਅਸੀਂ ਉਹਦਾ ਸਵਾਗਤ ਕਰਦੇ ਹਾਂ ਔਰ ਉਹਨਾਂ ਨੂੰ ਸਹਿਯੋਗ ਦੇਣ ਦੀ ਗੱਲ ਕੀਤੀ ਹੈ ਇਸੇ ਤਰ੍ਹਾਂ ਹੀ 22 ਤਰੀਕ ਨੂੰ ਜਿਹੜੇ ਸੁਖਪਾਲ ਸਿੰਘ ਖਹਿਰਾ ਨੇ ਉਹ ਚੰਡੀਗੜ੍ਹ ਦੇ ਵਿੱਚ ਸੀਐਮ ਰੈਜੀਡੈਂਸ ਤੱਕ ਇੱਕ ਮਾਰਚ ਕੱਢ ਰਹੇ ਨੇ ਸੋ ਉਹਦੇ ਉੱਤੇ ਵੀ ਸਾਡੀ ਗੱਲਬਾਤ ਹੋਈ ਹੈ ਔਰ ਸਾਡੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਆਪਣੀ ਜਿਹੜੀ ਹਾਈ ਪਾਵਰ ਕਮੇਟੀ ਬਣਾਈ ਗਈ ਹੈ ਉਹਨਾਂ ਨੇ ਵੀ ਜਿਹੜੀ ਆਪਣੀ ਮੀਟਿੰਗ ਦੇ ਵਿੱਚ ਜੋ ਫੈਸਲੇ ਲਏ ਨੇ ਮੈਂ ਸਾਰੀ ਗੱਲ ਕਹਿਣੀ ਚਾਹੁੰਦਾ ਕਿ ਅਸੀਂ ਸਾਰੇ ਇਹੋ ਹੀ ਦਾਅਵਾ ਕਰਦੇ ਹਾਂ ਕਿ ਅਸੀਂ ਪੰਜਾਬ ਦੇ ਹਿੱਤਾਂ ਵਾਸਤੇ ਕੁਝ ਕਰਨ ਲਈ ਤਿਆਰ ਆ ਪਰ ਉਹਦੇ ਲਈ ਸੈਕਰੀਫਾਈ ਕਰਨ ਦੀ ਲੋੜ ਹੈ ਤਿਆਰ ਦੀ ਭਾਵਨਾ ਇਹ ਗੱਲ ਕਰਨੈਲ ਸਿੰਘ ਜੀ ਠੀਕ ਹੈ ਜਿਹੜੀ ਤੁਸੀਂ ਕੀਤੀ ਆ ਗੱਲ ਇਹ ਵਧੀਆ ਆ ਵੀ ਚਲੋ ਤੁਸੀਂ ਇੱਕ ਦੂਸਰੇ ਨੂੰ ਹਮਾਇਤ ਕਰਦੇ ਆ ਇਹ ਬਰਗਾੜੀ ਆਪਣੇ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਵੀ ਇਹ ਗੱਲ ਹੋ ਰਹੀ ਸੀ ਵੀ ਆਪਾਂ ਇੱਕ ਦੂਸਰੇ ਜਿੰਨਾ ਚਿਰ ਇੱਕ ਮਤਲਬ ਸਾਂਝਾ ਫਰੰਟ ਨਹੀਂ ਬਣਦਾ ਇੱਕ ਇੱਕ ਕੈਂਡੀਡੇਟ ਨਹੀਂ ਹੁੰਦਾ ਉਹਨਾਂ ਚਿਰ ਤੁਸੀਂ ਇੱਕ ਦੂਸਰੇ ਨੂੰ ਹਮਾਇਤ ਪਹਿਲਾਂ ਵੀ ਕੀਤੀ ਸੀ ਗਾਂਹ ਵੀ ਕਰੀ ਜਾਓਗੇ ਕੋਈ ਉਹਦਾ ਮਤਲਬ ਕੋਈ ਰਿਜ਼ਲਟ ਤਾਂ ਨਿਕਲਦਾ ਨਹੀਂ ਦੇਖੋ ਕੱਲ ਸਰਦਾਰ ਗੁਰਦੀਪ ਸਿੰਘ ਬਠਿੰਡਾ ਮੇਰੇ ਕੋਲ ਇੱਥੇ ਮੇਰੇ ਘਰ ਬੈਠੇ ਸਨ ਇੱਥੇ ਬੈਠ ਕੇ ਵਿਚਾਰ ਵਟਾਂਦਰਾ ਹੋਇਆ ਤੇ ਮੈਂ ਉਹਨਾਂ ਨੂੰ ਗੱਲ ਕਹੀ ਕਿ ਤੁਸੀਂ ਇੱਕ ਤੋਂ ਦੋ ਬਣ ਗਏ ਆਪਾਂ ਤਾਂ ਏਕਤਾ ਚਾਹ ਰਹੇ ਸੀ ਪਰ ਤੁਸੀਂ ਭਾਈ ਮੋਗਮ ਸਿੰਘ ਤੇ ਤੁਸੀਂ ਦੋਨੋਂ ਅਲੱਗ ਹੋ ਗਏ ਠੀਕ ਹੈ ਲੋਕਾਂ ਦੇ ਵਿੱਚ ਆਮ ਜਨਤਾ ਦੇ ਵਿੱਚ ਨਿਰਾਸ਼ਾ ਵੀ ਹੈ ਤੇ ਮਖੌਲ ਵਾਲੀ ਗੱਲ ਵੀ ਹੈ ਜਿਹੜੇ 10-10, 15-15 ਬੰਦੇ ਆ ਉਹ ਫਿਰ ਗਰੁੱਪਾਂ ਦੇ ਵਿੱਚ ਆਪਸ ਵਿੱਚ ਵੰਡੇ ਜਾ ਰਹੇ ਨੇ ਸੋ ਇਹ ਇੱਕ ਮੈਂ ਸਮਝਾਂਗਾ ਕਿ ਬੜੀ ਸਿੱਤਮ ਜ਼ਰੀਫੀ ਵਾਲੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਹਾਲਾਤ ਬਣਦੇ ਜਾ ਰਹੇ ਨੇ ਇਹ ਆਪਣੇ ਆਪ ਵਿੱਚ ਇੱਕ ਤਰਸਯੋਗ ਹਾਲਾਤ ਨੇ ਕਿ ਇੱਕ ਸਟਰੋਂਗ ਆਪੋਜੀਸ਼ਨ ਜਿਹੜੀ ਬਣਨੀ ਚਾਹੀਦੀ ਹੈ ਵਿਰੋਧੀ ਧਿਰ ਉਹ ਕਿਤੇ ਨਜ਼ਰ ਨਹੀਂ ਆ ਰਹੀ ਆਮ ਆਦਮੀ ਪਾਰਟੀ ਹੈ ਉਹਦੇ ਵਿੱਚ ਕਿੰਨੇ ਗਰੁੱਪ ਬਣ ਗਏ ਪਹਿਲਾਂ ਖਹਿਰਾ ਗਏ ਗਾਂਧੀ ਗਏ ਸੁੱਚਾ ਸਿੰਘ ਛੋਟੇਪੁਰ ਗਏ ਫਿਰ ਹੁਣ ਉਹ ਜਿਹੜੇ ਉਹਨਾਂ ਦੇ ਵਿੱਚ ਅਮਨ ਅਰੋੜਾ ਨੇ ਉਹ ਵੀ ਹੁਣ ਅਲੱਗ ਹੋ ਰਹੇ ਨੇ
ਇਸ ਤਰ੍ਹਾਂ ਕਰਕੇ ਅਲੱਗ ਅਲੱਗ ਜਿਹੜੀਆਂ ਧਿਰਾਂ ਨੇ ਉਹਨਾਂ ਦੇ ਕਰਕੇ ਹੀ ਜਿਹੜੀ ਰੂਲਿੰਗ ਪਾਰਟੀ ਹੈ, ਚਾਹੇ ਉਹ ਕਾਂਗਰਸ ਹੈ, ਬੀਜੇਪੀ ਹੈ ਜਾਂ ਬਾਦਲ ਦਲ ਹੈ, ਉਹ ਲੋਕ ਫਿਰ ਉਹਨਾਂ ਨੂੰ ਅਜਮਾਉਂਦੇ ਨੇ। ਹੁਣ ਆਹ ਪਿਛਲੀ ਵਾਰੀ ਜਿਹੜੀ ਸਰਕਾਰ 2017 ਚ ਕੈਪਟਨ ਅਮਰਿੰਦਰ ਸਿੰਘ ਦੀ ਬਣੀ, ਉਹ ਕਾਂਗਰਸ ਦੀ ਸਰਕਾਰ ਨਹੀਂ ਸੀ ਬਣੀ, ਲੋਕਾਂ ਨੂੰ ਇੱਕ ਭਰੋਸਾ ਸੀ ਕੈਪਟਨ ਅਮਰਿੰਦਰ ਸਿੰਘ ਤੇ ਕਿ ਇਹ ਹੱਥ ਵਿੱਚ ਗੁਟਕਾ ਸਾਹਿਬ ਲੈ ਕੇ ਕਹਿ ਰਹੇ ਨੇ ਕਿ ਮੈਂ ਪੰਜਾਬ ਦੇ ਵਿੱਚ ਨਸ਼ਿਆਂ ਦਾ ਖਾਤਮਾ ਕਰਾਂਗਾ। ਔਰ ਉਹਨਾਂ ਨੇ ਇਸ ਭਰੋਸੇ ਦੇ ਉੱਤੇ ਉਹਨਾਂ ਨੂੰ ਵੋਟ ਪਾਈ। ਉਹ ਕਹਿੰਦੇ ਸੀ ਕਿ ਮੈਂ ਨਸ਼ਿਆਂ ਦੇ ਜਿਹੜੇ ਵੱਡੇ ਸੌਦਾਗਰ ਨੇ ਉਹਨਾਂ ਨੂੰ ਗ੍ਰਿਫਤਾਰ ਕਰਾਂਗਾ, ਲੋਕਾਂ ਨੇ ਤਾਂ ਵੋਟ ਪਾਈ। ਉਹਨਾਂ ਨੇ ਕਿਹਾ ਮੈਂ ਕਿਸਾਨਾਂ ਦੇ ਕਰਜ਼ੇ ਮਾਫ਼ ਕਰਾਂਗਾ, ਮਜ਼ਦੂਰਾਂ ਦੀ ਜਿਹੜੀ ਇਹ ਖਾਸ ਖਿਆਲ ਰੱਖਾਂਗਾ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿਆਂਗਾ, ਸਮਾਰਟ ਫੋਨ ਦਿਆਂਗਾ, ਮੈਂ ਉਹ ਕਰਾਂਗਾ, ਮੈਂ ਜਿਹੜੀ ਇਹ ਲੜਕੀਆਂ ਦੀ ਵਿੱਦਿਆ ਫ੍ਰੀ ਕਰ ਦਿਆਂਗਾ, ਗਰੀਬ ਲੋਕਾਂ ਦੀ ਵਿੱਦਿਆ ਫ੍ਰੀ ਕਰ ਦਿਆਂਗਾ। ਪਰ ਕੋਈ ਵੀ ਕੰਮ ਜਿਹੜਾ ਉਹ ਅੱਜ ਇੱਕੋ ਹੀ ਬਹਾਨਾ ਕਿ ਬਾਦਲ ਸਰਕਾਰ ਜਿਹੜਾ ਉਹ ਖਜ਼ਾਨਾ ਸਾਫ਼ ਕਰ ਗਏ ਨੇ, ਅਸੀਂ ਕੁੱਝ ਨੀ। ਹੁਣ ਜਿੱਥੋਂ ਜਿਹੜਾ ਖਜ਼ਾਨਾ ਦਾ ਪੈਸਾ ਭਰਿਆ ਜਾਣਾ ਸੀ, ਤੁਸੀਂ ਦੇਖੋ ਕੇਵਲ ਮਾਫੀਆ ਇੰਨਾ ਵੱਡੇ ਪੱਧਰ ਤੇ ਆ, ਤੁਸੀਂ ਟੀਵੀ ਚੈਨਲ ਚਲਾ ਰਹੇ ਹੋ ਕਿਉਂਕਿ ਅੱਜ ਯੂਟਿਊਬ ਹੈਗੀ ਹੈ, ਅੱਜ ਇੰਟਰਨੈਟ ਹੈਗਾ ਹੈ, ਔਰ ਫੇਸਬੁੱਕ ਏ, ਵਟਸਐਪ ਏ, ਟਵਿੱਟਰ ਏ, ਸਭ ਕੁਝ ਏ, ਅਸੀਂ ਉਹਦੇ ਉੱਤੇ ਗੱਲ ਕਰ ਸਕਦੇ ਹਾਂ। ਲੇਕਿਨ ਜਿਹੜਾ ਬੇਨ ਪੰਜਾਬ ਦੇ ਵਿੱਚ ਕੇਬਲ ਮਾਫੀਆ ਹੈ, ਉਹਦੇ ਉੱਪਰ ਅੱਜ ਵੀ ਉਹੋ ਹੀ ਲੋਕਾਂ ਦਾ ਕਬਜ਼ਾ ਹੈ ਜਿਨ੍ਹਾਂ ਨੇ 57,000 ਕਰੋੜ ਪੰਜਾਬ ਦਾ ਜਿਹੜਾ ਉਹ ਉਹਨਾਂ ਨੇ ਲੁੱਟ ਲਿਆ। ਔਰ ਇਸੇ ਤਰ੍ਹਾਂ ਜਿਹੜਾ ਆਪਣੇ ਇਸ ਤੋਂ ਅੱਗੇ ਗੱਲ ਕਰ ਲਈ ਹੈ ਐਡਵਰਟਾਈਜ਼ਮੈਂਟ, ਜਿੰਨੇ ਪੰਜਾਬ ਦੇ ਵਿੱਚ ਐਡਵਰਟਾਈਜ਼ਮੈਂਟ ਏ, ਉਹ ਇੱਕ ਵੱਡਾ ਮਾਫੀਆ ਬਣ ਗਿਆ। ਉਹ ਆਪਣੀ ਮਰਜ਼ੀ ਦਾ ਉਹਨਾਂ ਨੇ ਐਡਵਰਟਾਈਜ਼ ਕਰਨੀ ਹੈ, ਜਿੱਥੇ ਮੀਲ ਪੱਥਰ ਸਾਡੇ ਲੱਗਣੇ ਹੁੰਦੇ ਆ ਉੱਥੇ ਜਿਹੜੇ ਸੱਤਾਧਾਰੀ ਲੋਕ ਨੇ ਉਹਨਾਂ ਨੇ ਆਪਣੀਆਂ ਫੋਟੋਆਂ ਲਾਈਆਂ ਹੋਈਆਂ ਨੇ, ਕਿਸੇ ਨੂੰ ਪਤਾ ਹੀ ਨਹੀਂ ਗਿਆ ਉਹਨਾਂ ਨੇ ਜਾਣਾ ਕਿੱਧਰ ਏ। ਹਰ ਜਗ੍ਹਾ ਦੇ ਉੱਤੇ ਜਿਹੜਾ ਕੋਈ ਇਹ ਗੱਲਾਂ ਦੇਖੋ, ਆਪਾਂ ਅੱਗੇ ਵੀ ਬਹੁਤ ਵਾਰੀ ਕਰ ਚੁੱਕੇ, ਆਪਾਂ ਨੂੰ ਪਤਾ ਇਹ ਚੀਜ਼ਾਂ ਤਾਂ ਹੈਗੀਆਂ, ਪਰ ਇਹਨਾਂ ਨੂੰ ਰੋਕਣ ਲਈ ਜਿਹੜਾ ਪ੍ਰਬੰਧ ਕਰਨਾ, ਮਤਲਬ ਜੇ ਹੁਣ ਪੰਜਾਬ ਦੇ ਅਸੀਂ ਸਿੱਧੇ ਰੂਪ 'ਚ ਕਹਿੰਦੇ ਹਾਂ ਤੁਹਾਡਾ ਅਕਾਲੀ ਦਲ ਟਕਸਾਲੀ ਆ, ਖਹਿਰਾ ਆ, ਬੈਂਸ ਬ੍ਰਦਰ ਆ, ਜਾਂ ਸਿਮਰਨਜੀਤ ਸਿੰਘ ਮਾਨ ਸਾਹਿਬ ਆ, ਦੂਏ ਪਾਸੇ ਆ ਗੁਰਦੀਪ ਸਿੰਘ ਬਠਿੰਡਾ ਅਤੇ ਭਾਈ ਮੋਹਕਮ ਸਿੰਘ, ਉਹ ਵੀ ਦੋ ਹੋ ਗਏ, ਅਤੇ ਬਾਕੀ ਜਿਹੜਾ ਇਹ ਕਹਿ ਲਈਏ ਜਿਹੜੀਆਂ ਸਰਬੱਤ ਖਾਲਸਾ ਨਾਲ ਧਿਰਾਂ ਸੀਗੀਆਂ, ਉਹ ਕਿੰਨੀਆਂ ਹੋਰ ਨਿੱਕੀਆਂ ਨਿੱਕੀਆਂ ਗਰੁੱਪ ਸਤਿਕਾਰ ਕਮੇਟੀਆਂ, ਜੇ ਉਹਨਾਂ ਨੂੰ ਸਾਰਿਆਂ ਨੂੰ ਇਕੱਠਾ ਕਰੀਏ ਤਾਂ ਬਹੁਤ ਵੱਡਾ ਮਹਾਜ ਬਣ ਜਾਂਦਾ। ਉਹ ਇਕੱਠਾ ਕਿਉਂ ਨਹੀਂ ਹੋ ਰਿਹਾ, ਉਹਨਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ? ਦੇਖੋ ਇੱਕ ਦਿਨ ਇਕੱਠੇ ਹੋਣਾ ਪਵੇਗਾ, ਪਰ ਉਦੋਂ ਤੱਕ ਬਹੁਤ ਕੁਝ ਨੁਕਸਾਨ ਹੋਤਾ ਹੋਵੇਗਾ। ਹਾਂ, ਉਦੋਂ ਤੱਕ ਪੱਧਰ ਦੇ ਉੱਤੇ ਨੁਕਸਾਨ ਦੀ ਭਰਪਾਈ ਜਿਹੜੀ ਉਹ ਨਹੀਂ ਹੋ ਸਕਣੀ। ਇਸ ਕਰਕੇ ਮੇਰੀ ਇੱਕੋ ਹੀ ਕੋਸ਼ਿਸ਼ ਹੈ ਕਿ ਸਾਨੂੰ ਉਹਦੇ ਲਈ ਸਿਰਫ ਇੱਕੋ ਇਹ ਅਸਲੀਅਤ ਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਆਪਣੀ ਅਸਲੀਅਤ ਨੂੰ ਸਮਝ ਸਕੀਏ ਕਿ ਅਸਲੀਅਤ ਸਾਨੂੰ ਕੀ ਕਹਿੰਦੀ ਹੈ। ਅਸਲੀਅਤ ਇਹ ਆ ਕਿ ਪੰਜਾਬ ਦੇ ਲੋਕ ਤੇ ਵਿਦੇਸ਼ਾਂ ਵਿੱਚ ਬੈਠੇ ਜਿਹੜੇ ਲੋਕ ਨੇ ਉਹ ਇਹ ਚਾਹੁੰਦੇ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਇੱਕ ਇਸ ਤਰ੍ਹਾਂ ਦੀ ਧਿਰ ਜਿਹੜੀ ਸਥਾਪਿਤ ਹੋਵੇ ਜਿਹੜੇ ਪੰਜਾਬ ਦੇ ਹੱਕਾਂ ਹਕੂਕਾਂ ਵਾਸਤੇ ਲੜੇ, ਪੰਜਾਬ ਨੂੰ ਚੰਗਾ ਪ੍ਰਸ਼ਾਸਨ ਦੇਣ ਵਾਸਤੇ ਅੱਗੇ ਆਵੇ, ਔਰ ਪੰਜਾਬ ਦੇ ਜਿਹੜਾ ਯੂਥ ਹੈ ਉਹਦੇ ਉਹ ਕੁਝ ਚੰਗਾ ਸੁਣ ਕੇ ਉਹ ਜਿਹੜਾ ਹੈ ਉਹਦੇ ਲਈ ਕੋਸ਼ਿਸ਼ਾਂ ਨੇ, ਅਸੀਂ ਆਪਣੀ ਤਰਫੋਂ ਹਰ ਸੰਭਵ ਹਰ ਕੋਸ਼ਿਸ਼ ਕਰਨ ਦਾ ਯਤਨ ਕੀਤਾ ਤੇ ਕਰਦੇ ਰਹਾਂਗੇ। ਪਰ ਕਿਉਂਕਿ ਇਸ ਦੇ ਵਿੱਚ ਸਾਰੀਆਂ ਧਿਰਾਂ ਨੂੰ ਇਕੱਠੇ ਹੋ ਕੇ ਇੱਕ ਜਦੋਜਹਿਦ ਕਰਨ ਦੀ ਲੋੜ ਹੈਗੀ ਹੈ। ਸੋ ਉਸਦੇ ਲਈ ਵੀ ਪਿਛਲੇ ਦਿਨੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਜਿਹੜਾ ਸੈਕਟਰ 28 ਦੇ ਵਿੱਚ ਉੱਥੇ ਵੀ ਵਿਦਵਾਨਾਂ ਨਾਲ ਮੀਟਿੰਗ ਕੀਤੀ ਸੀ। ਮੈਂ ਤਾਂ ਵਿਦਵਾਨਾਂ ਨੂੰ ਵੀ ਬੜਾ ਕੌੜਾ ਸੱਚ ਬੋਲਿਆ ਸੀ, ਤੁਸੀਂ ਕ੍ਰਿਟੀਸਾਈਜ਼ ਕਰਦੇ ਹੋ, ਤੁਸੀਂ ਹਰ ਚੀਜ਼ ਤੇ ਟਿੱਪਣੀ ਕਰਦੇ ਹੋ, ਪਰ ਜਾਂ ਤਾਂ ਤੁਸੀਂ ਅੱਗੇ ਲੱਗੋ ਜਾਂ ਤੁਸੀਂ ਕੋਈ ਆਈਡੈਂਟੀਫਾਈ ਕਰਕੇ ਕਹਿ ਦਿਓ ਕਿ ਆਹ ਧਿਰ ਜਿਹੜੀ ਹੈ ਇਹ ਪੰਜਾਬ ਦੀ ਬੈਟਰਮੈਂਟ ਵਾਸਤੇ ਕੰਮ ਕਰ ਸਕਦੀ ਹੈ ਤੇ ਇਹਦੇ ਨਾਲ ਸਾਰਿਆਂ ਨੂੰ ਜੁੜਨਾ ਚਾਹੀਦਾ, ਕੰਮ ਕਰਨਾ ਚਾਹੀਦਾ। ਮੈਂ ਕਿ ਕੁਝ ਤਾਂ ਕਰੋ। ਸੋ ਉੱਥੇ ਵੀ ਉਹਨਾਂ ਨੇ 5 ਮੈਂਬਰੀ ਕਮੇਟੀ ਬਣਾ ਦਿੱਤੀ ਤੇ ਉਹ ਕਮੇਟੀ ਦੀ ਹੁਣ ਮੀਟਿੰਗ ਹੋਏਗੀ, ਉਹਦੇ ਚ ਕੀ ਹੋਏਗਾ। ਲੇਕਿਨ ਨਿਰਾਸ਼ ਅਸੀਂ ਫਿਰ ਵੀ ਨਹੀਂ, ਅਸੀਂ ਚਾਹੁੰਦੇ ਹਾਂ ਕਿ ਟ੍ਰਾਈ ਅਗੇਨ ਕਿ ਇੱਕ ਦਿਨ ਇਸ ਤਰ੍ਹਾਂ ਦਾ ਆਵੇਗਾ ਕਿ ਲੋਕ ਸਮਝਣਗੇ, ਵਿਚਾਰਨਗੇ ਤੇ ਕੋਸ਼ਿਸ਼ ਕਰਨ ਵਾਲਿਆਂ ਦੀ ਅਖੀਰ ਜਿੱਤ ਹੁੰਦੀ ਹੈ। ਤੇ ਕੋਸ਼ਿਸ਼ ਅਸੀਂ ਨਿਰੰਤਰ ਜਾਰੀ ਰੱਖ ਰਹੇ ਹਾਂ, ਔਰ ਸਾਡੇ ਸਾਹਮਣੇ ਸਭ ਤੋਂ ਮੇਨ ਟਾਰਗੇਟ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਤੇ ਜੋ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਬਖਸ਼ੇ ਨੇ, ਹੁਣ 550 ਸਾਲਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ, ਬਹੁਤ ਸਾਰਾ ਸਿੱਖੀ ਦਾ ਪ੍ਰਚਾਰ ਤੇ ਗੁਰੂ ਦਾ ਸੰਦੇਸ਼ ਜਿਹੜਾ ਘਰ ਘਰ ਜਾਣਾ ਚਾਹੀਦਾ।
ਤੇ ਗੁਰੂ ਸਾਹਿਬ ਨੇ ਸਾਨੂੰ ਤਿੰਨ ਹੀ ਗੱਲਾਂ ਮੇਨ ਬਖਸ਼ੀਆਂ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਇਹ ਜਿਹੜਾ ਸਿਧਾਂਤ ਹੈ ਉਹਨੂੰ ਅਸੀਂ ਆਪਣੇ ਜੀਵਨ ਤੇ ਲਾਗੂ ਕਰਕੇ ਤੇ ਲੋਕਾਂ ਦੇ ਵਿੱਚ ਲੈ ਕੇ ਜਾਣਾ, ਉਸ ਦੇ ਲਈ ਜਿਹੜੇ ਨਿਰੰਤਰ ਯਤਨ ਨੇ ਉਹ ਪਹਿਲਾਂ ਵੀ ਕੀਤੇ ਤੇ ਹੁਣ ਵੀ ਕਰਾਂਗੇ, ਤੇ ਇਨਸਾਫ਼ ਵਾਸਤੇ ਵੀ ਲੜੇ ਆ ਪਹਿਲਾਂ ਤੇ ਹੁਣ ਗਾਂਹ ਵੀ ਲੜਾਂਗੇ। ਕਰਨੈਲ ਸਿੰਘ ਜੀ, ਮੈਂ ਦੂਸਰੇ ਪਾਸੇ, ਕਿਉਂਕਿ ਤੁਹਾਡਾ ਐਕਸਪੀਰੀਅੰਸ ਰਿਹਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ, ਜੇ ਆਪਾਂ ਸ਼ਹੀਦ ਭਾਈ ਅਮਰੀਕ ਸਿੰਘ ਹੋਣਾ ਦੀ ਗੱਲ ਕਰ ਲਈਏ, ਜੇ ਉਸ ਵੇਲੇ ਮਤਲਬ ਸਕੂਲਾਂ ਕਾਲਜਾਂ ਦੇ ਵਿੱਚ ਜਿੱਦਾਂ ਇਹ ਲਹਿਰ ਚੱਲੀ ਸੀ ਤਾਂ ਇਹਨੇ ਪੰਜਾਬ ਦੇ ਵਿੱਚ ਤਬਦੀਲੀ ਲਿਆਂਦੀ ਸੀ, ਪਰ ਹੁਣ ਜਿਹੜੇ ਸਟੂਡੈਂਟ ਆ, ਜਿਹੜੇ ਨੌਜਵਾਨ ਆ, ਉਹਨਾਂ ਨੂੰ ਇਸ ਲੜੀ ਦੇ ਵਿੱਚ ਪਰੋਇਆ ਨਹੀਂ ਜਾ ਸਕਦਾ ਜਾਂ ਇਸ ਪਾਸੇ ਨੂੰ ਤੁਰਿਆ ਨਹੀਂ ਜਾ ਸਕਦਾ? ਨਹੀਂ 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 ਬਿਲਕੁਲ ਨਹੀਂ। ਯੂਥ ਅੱਜ ਵੀ ਬਹੁਤ ਇਸ ਚੀਜ਼ ਦੇ ਲਈ ਹੰਗਾਰਾ ਦਿੰਦਾ। ਹਾਂ, ਮਤਲਬ ਇਹ ਆ ਕਿ ਕਿਉਂਕਿ ਬੜੀ ਫਾਸਟ ਜ਼ਿੰਦਗੀ ਹੋ ਗਈ, ਕਿਉਂਕਿ ਯੂਥ ਦੇ ਕੋਲ ਜਦੋਂ ਚਾਬੀ ਸੀ ਤਾਂ ਹੁਣ ਉਹ ਜਿਹੜਾ ਯੂਥ ਦੇ ਕੋਲ ਚਾਬੀ ਨਹੀਂ ਹੁੰਦੀ, ਉਹ ਸਾਰੀ ਗੱਲ ਯੂਥ ਨੂੰ ਪਤਾ ਹੁੰਦਾ। ਪਰ ਉਹਨਾਂ ਦੇ ਸਾਹਮਣੇ ਸਭ ਤੋਂ ਵੱਡਾ ਪਲੱਸ ਟੂ ਕਰ ਲੈਂਦਾ ਬੱਚਾ, ਉਹਦੇ ਮਾਪੇ ਇੱਕੋ ਗੱਲ ਕਹਿੰਦੇ ਕਿ ਬੇਟਾ ਹੁਣ ਤੂੰ ਆਪਣੀ ਪੜ੍ਹਾਈ ਜੇ ਕੋਈ ਕਰਨੀ ਵੀ ਹੈ ਤੇ ਉਹ ਵਿਦੇਸ਼ ਜਾ ਕੇ ਕਰ, ਨਾਲ ਤੂੰ ਆਪਣੇ ਫਿਊਚਰ ਬਾਰੇ, ਆਪਣੇ ਭਵਿੱਖ ਬਾਰੇ ਕੁੱਝ ਸੋਚ ਤੇ ਕੁੱਝ ਸਾਨੂੰ ਕਮਾਈ ਦਾ ਹਿੱਸਾ ਸਾਨੂੰ ਵੀ ਭੇਜ। ਸੋ ਬੱਚੇ ਦੇ ਉੱਤੇ ਬਾਰਵੀਂ ਕਲਾਸ ਤੋਂ ਬਾਅਦ ਹੀ ਇੱਕ ਵੱਡਾ ਬੋਝ ਬਣ ਜਾਂਦਾ। ਤੁਸੀਂ ਅੱਗੇ ਕੀ ਸੀ, ਅੱਗੇ ਗ੍ਰੈਜੂਏਸ਼ਨ ਵੀ ਕੀਤੀ ਜਾਂਦੀ ਸੀ, ਐਮ ਏ ਤੱਕ ਪੜ੍ਹਾਈ ਕਰਦੇ ਸੀ, ਉਸ ਤੋਂ ਬਾਅਦ ਨੌਕਰੀ ਦੇ ਬਾਰੇ ਜਾਂ ਹੁਣ ਹੁਣ ਨੌਕਰੀ ਜਿਹੜੀ ਹੈ ਉਹ ਪਲੱਸ ਟੂ ਤੋਂ ਬਾਅਦ ਹੀ ਹਰ ਮਾਪੇ ਜਿਹੜੇ ਆ ਉਹ ਚਾਹੁੰਦੇ ਆ ਸਾਡੇ ਬੱਚੇ ਨੂੰ ਪਲੱਸ ਟੂ ਤੋਂ ਬਾਅਦ ਉਹਦੇ ਭਵਿੱਖ ਬਾਰੇ ਫੈਸਲਾ ਜਿਹੜਾ ਉਹ 18 ਸਾਲ ਦੀ ਉਮਰ ਤੋਂ ਤੁਰੰਤ ਬਾਅਦ। ਈਵਨ ਮੈਂ ਇਹੋ ਜਿਹੇ ਬੱਚੇ ਵੀ ਦੇਖੇ ਆ ਉਹਨਾਂ ਦੇ ਮਾਪੇ ਜਿਹੜੇ ਆ ਉਹ ਹਾਂਜੀ ਉਹਨੂੰ ਆਈਲੈਟਸ ਕਰਾਉਣੀ ਉਹ ਸ਼ੁਰੂ ਕਰਦੇ ਆ, ਕਹਿੰਦੇ ਆ ਕਿ ਇਹ ਆਈਲੈਟਸ ਕਰੇਗਾ ਜਦੋਂ ਬਾਰਵੀਂ ਕਰ ਲੇਗਾ ਤੇ ਨਾਲ ਦੀ ਨਾਲ ਹੀ ਉਹਨੂੰ ਅਸੀਂ ਵਿਦੇਸ਼ ਭੇਜ ਦਿਆਂਗੇ। ਸੋ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਉਹ ਇੱਕ ਟ੍ਰੈਂਡ ਜਿਹੜਾ ਉਹ ਬਦਲ ਗਿਆ। ਪਹਿਲਾਂ ਜਿਹੜਾ ਸੀ ਮਾਹੌਲ ਸੀ ਉਹ ਇਹ ਸੀ ਕਿ ਅਸੀਂ ਇੱਥੇ ਹੀ ਰਹਿਣਾ ਤੇ ਇੱਥੇ ਰਹਿ ਕੇ ਅਸੀਂ ਆਪਣਾ ਬਿਜ਼ਨਸ ਵੀ ਕਰਨਾ, ਨੌਕਰੀ ਵੀ ਕਰਨੀ ਹੈ ਤੇ ਆਪਣੇ ਪੰਜਾਬ ਲਈ ਕੋਈ ਕੰਮ ਵੀ ਕਰਨਾ। ਹੁਣ ਖੇਤੀਬਾੜੀ ਦੇ ਵਿੱਚੋਂ ਧੜਾ ਧੜ ਲੋਕ ਜਿਹੜੇ ਆ ਉਹ ਬਾਹਰ ਨਿਕਲ ਰਹੇ ਹਨ। ਹਾਂਜੀ ਕਰਨੈਲ ਸਿੰਘ ਜੀ, ਇੱਕ ਦੋ ਜਿੱਦਾਂ ਘਟਨਾਵਾਂ ਜਿਹੜੀਆਂ ਸਿਆਸੀ ਤੌਰ ਤੇ ਵਾਪਰੀਆਂ, ਇੱਕ ਤਾਂ ਆਪਾਂ ਉਹਨਾਂ ਦੇ ਤੁਹਾਡਾ ਥੋੜਾ ਪ੍ਰਤੀਕਰਮ ਲੈ ਲੈਂਦੇ ਹਾਂ। ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਤੇ ਉਸ ਤੋਂ ਬਾਅਦ ਦੀ ਜਿਹੜੀ ਚਰਚਾ ਚੱਲ ਰਹੀ ਆ ਵੀ ਉਹਨੂੰ ਸ਼ਾਇਦ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਜਾਵੇ, ਕੀ ਆ ਤੁਹਾਡਾ ਪ੍ਰਤੀਕਰਮ ਇਹਦੇ ਤੇ? ਦੇਖੋ ਨਵਜੋਤ ਸਿੰਘ ਸਿੱਧੂ ਜਿਹੜਾ ਹੈ ਉਹਦੇ ਕੋਲ ਦੋ ਹੀ ਰਸਤੇ ਨੇ। ਇੱਕ ਤਾਂ ਇਹ ਆ ਕਿ ਉਹਨੇ ਆਖਿਆ ਕਿ ਮੈਂ ਪੰਜਾਬ ਵਾਸਤੇ ਲੜ ਰਿਹਾ, ਪੰਜਾਬ ਦੀ ਲੜਾਈ ਜਿਹੜੀ ਹੈ ਉਹ ਮੈਂ ਅੰਜਾਮ ਤੱਕ ਪਹੁੰਚਾਵਾਂਗਾ, ਤੇ ਉਹਨੇ ਉਸ ਦਿਨ ਬਠਿੰਡੇ ਕਹਿਤਾ ਸੀ ਮੇਰਾ ਜਿਹੜਾ ਅਸਤੀਫਾ ਜਿਹੜਾ ਉਹ ਮੇਰੇ ਲਈ ਕੋਈ ਅਹਿਮੀਅਤ ਨਹੀਂ ਰੱਖਦਾ, ਜਿਹੜਾ ਕੋਈ ਪੋਰਟਫੋਲੀਓ। ਸੋ ਉਹਨੇ ਰਿਜ਼ਾਈਨ ਦੇ ਦਿੱਤਾ। ਸੋ ਉਹਦੇ ਚ ਹੁਣ ਕੇਂਦਰ ਦੀ ਜਿਹੜੀ ਪਾਰਟੀ ਹੈ ਕਾਂਗਰਸ ਬੜੀ ਕਮਜ਼ੋਰ ਹੋ ਚੁੱਕੀ ਹੈ, ਠੀਕ, ਉਹਦੇ ਪਿੱਛੇ ਕੋਈ ਸਟਰੋਂਗ ਨਹੀਂ ਹੈ, ਉਹਦੇ ਪਿੱਛੇ ਇੱਕੋ ਇੱਕ ਸਟਰੋਂਗ ਤਾਕਤ ਹੈ ਉਹ ਪੰਜਾਬ ਦੀ ਜਨਤਾ। ਜੇ ਉਹ ਪੰਜਾਬ ਦੀ ਜਨਤਾ ਦੇ ਵਿੱਚ ਆਉਂਦੇ ਨੇ ਨਸ਼ਿਆਂ ਦੇ ਮੁੱਦਿਆਂ ਦੇ ਉੱਤੇ, ਭ੍ਰਿਸ਼ਟਾਚਾਰ ਦੇ ਉੱਤੇ ਔਰ ਜਿਹੜੇ ਜਿੰਨੇ ਵੀ ਮਸਲੇ ਨੇ, ਜੇ ਉਹਨਾਂ ਦੇ ਉੱਤੇ ਉਹ ਲੜਾਈ ਲੜਦੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ 2.5 ਸਾਲ ਇੰਤਜ਼ਾਰ ਕਰਨਾ ਪਵੇਗਾ, ਤਾਂ ਉਸ ਤੋਂ ਬਾਅਦ ਪੰਜਾਬ ਦੇ ਲੋਕ ਇੱਕ ਮੌਕਾ ਉਹਨੂੰ ਦੇ ਸਕਦੇ ਨੇ। ਲੇਕਿਨ ਜੇਕਰ ਉਹ ਇੱਥੇ ਹੀ ਕੁਛ ਸਮਝੌਤਾ ਕਰਕੇ ਕੈਪਟਨ ਦੇ ਨਾਲ ਕੋਈ ਉਹ ਆਪਣਾ ਕਰਦੇ ਨੇ ਤਾਂ ਫਿਰ ਉਹ ਇੱਕ ਇੰਡੀਵਿਜੁਅਲ ਤੌਰ ਦੇ ਉੱਤੇ ਠੀਕ ਹੈ, ਉਹਨਾਂ ਦੀ ਉਹ ਜਿਹੜੇ ਅਹੁਦੇ ਨੇ ਉਹ ਦੁਨਿਆਵੀ ਬਚੇ ਰਹਿਣਗੇ, ਲੇਕਿਨ ਪੰਜਾਬ ਦੇ ਲੋਕਾਂ ਨੂੰ ਫਿਰ ਇੱਕ ਵਾਰ ਨਿਰਾਸ਼ਾ ਹੀ ਉਹਨਾਂ ਦੇ ਹੱਥ ਪਵੇਗੀ। ਸੋ ਹੁਣ ਕੀ ਉਹ ਕਰਦੇ ਨੇ ਆਉਂਦੇ ਇੱਕ ਦੋ ਦਿਨਾਂ ਦੇ ਵਿੱਚ ਕਲੀਅਰ ਹੋ ਜਾਏਗਾ। ਠੀਕ ਹੈ, ਤੇ ਦੂਸਰਾ ਜਿੱਦਾਂ ਤਾਜ਼ਾ ਘਟਨਾ ਵਾਪਰੀ ਆ ਕੱਲ ਦੀ, ਮੇਰਾ ਖਿਆਲ ਬਰਗਾੜੀ ਦੇ ਵਿੱਚ ਹੀ ਆ, ਨੌਜਵਾਨ ਪ੍ਰਿਤਪਾਲ ਸਿੰਘ ਜਿਹੜਾ ਮੇਰਾ ਖਿਆਲ ਦਮਦਮੀ ਟਕਸਾਲਾ ਜਨਾਲਾ ਨਾਲ ਸੰਬੰਧਿਤ ਆ, ਉਹਨਾਂ ਦੇ ਉੱਪਰ ਮਤਲਬ ਹਮਲਾ ਹੋਇਆ, ਜਿਹੜੇ ਨੌਜਵਾਨਾਂ ਦੀ ਆਪਾਂ ਗੱਲ ਕਰਦੇ ਹਾਂ ਵੀ ਉਹ ਇਸ ਪਾਸੇ ਨੂੰ ਜਿਹੜਾ ਉਹਦੇ 'ਤੇ ਹਮਲਾ ਹੋਣਾ ਜਾਂ ਨੌਜਵਾਨਾਂ ਦਾ ਆਪਸ ਵਿੱਚ ਟਕਰਾਉਣਾ, ਪਤਾ ਨਹੀਂ ਪੂਰਾ ਹਾਲੇ ਮਤਲਬ ਉਹਦਾ ਸੱਚ ਕੀ ਆ, ਤੇ ਉਹਨਾਂ ਦਾ ਦੇਖੋ ਅਸੀਂ ਉਸ ਚੀਜ਼ ਦੀ ਬੜੀ ਨਿੰਦਾ ਕੀਤੀ ਹੈ ਕਿਉਂਕਿ ਪ੍ਰਿਤਪਾਲ ਸਿੰਘ ਨੇ ਫੈਡਰੇਸ਼ਨ ਦੇ ਵਿੱਚ ਵੀ ਬੜਾ ਕੰਮ ਕੀਤਾ, ਸਾਡੇ ਨਾਲ ਬੜਾ ਉਹਨੇ ਸਾਥ ਦਿੱਤਾ, ਸਾਥ ਦਿੰਦਾ ਰਿਹਾ, ਬੜੀਆਂ ਸੋਹਣੀਆਂ ਕਵਿਤਾਵਾਂ ਵੀ ਗਾਉਂਦਾ ਔਰ ਮੌਕੇ ਦੇ ਹਾਲਾਤਾਂ ਦੇ ਉੱਤੇ ਕਟਾਸਕ ਵੀ ਕਰਦਾ। ਸੋ ਇਹੋ ਜਿਹੇ ਨੌਜਵਾਨ ਜਿਹੜੇ ਆ ਸਾਡੇ ਸਾਹਮਣੇ ਹੋਣੇ ਬੜੇ ਜ਼ਰੂਰੀ ਨੇ, ਉਹਨਾਂ ਨੂੰ ਜਿੰਨਾ ਵੀ
ਮਾਣ ਸਤਿਕਾਰ ਅਸੀਂ ਦੇ ਸਕਦੇ ਹਾਂ, ਸਾਨੂੰ ਦੇਣਾ ਚਾਹੀਦਾ। ਔਰ ਜਿਹੜੀ ਉਹਨਾਂ ਦੇ ਨਾਲ ਕੋਈ ਮਾੜੀ ਘਟਨਾ ਵਾਪਰ ਦਿੱਤੀ ਹੈ ਉਹਦੀ ਅਸੀਂ ਨਿੰਦਾ ਵੀ ਕੀਤੀ ਔਰ ਉਹਦੀ ਭੋਗ ਪੜਤਾਲ ਵੀ ਕਰ ਰਹੇ ਹਾਂ। ਉਹ ਕੌਣ ਲੋਕ ਨੇ ਜਿਹਨਾਂ ਨੇ ਉਹਨਾਂ ਦੇ ਉੱਤੇ ਹਮਲਾ ਕੀਤਾ, ਔਰ ਪ੍ਰਸ਼ਾਸਨ ਤੱਕ ਵੀ ਪਹੁੰਚ ਕਰ ਰਹੇ ਹਾਂ ਕਿ ਉਹਨਾਂ ਦੋਸ਼ੀਆਂ ਨੂੰ ਜਿਹੜੀ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ। ਸੋ ਗੁਰੂ ਮਹਾਰਾਜ ਨੇ ਅਪਾਰ ਬਖਸ਼ਿਸ਼ ਕੀਤੀ ਹੈ ਕਿ ਸੁਖਪਾਲ ਸਿੰਘ ਦੇ ਉੱਤੇ ਇੱਕ ਬੜਾ ਜਾਨਲੇਵਾ ਹਮਲਾ ਹੋਇਆ, ਗੋਲੀਆਂ ਚੱਲੀਆਂ ਉਹਦੀ ਗੱਡੀ ਦੇ ਉੱਤੇ, ਲੇਕਿਨ ਉਸ ਦੇ ਬਾਵਜੂਦ ਗੁਰੂ ਮਹਾਰਾਜ ਨੇ ਉਹਨਾਂ ਦਾ ਬਚਾਅ ਕੀਤਾ। ਉਹ ਸਾਡੇ ਵਿੱਚ ਨੇ ਤੇ ਥੋੜਾ ਬਹੁਤਾ ਉਹਨਾਂ ਦੇ ਹੱਥ ਵੀ ਉੱਤੇ ਕੋਈ ਸ਼ਰ੍ਹਾਂ ਵਗੈਰਾ ਲੱਗੇ ਨੇ। ਸੋ ਅਸੀਂ ਬਹੁਤ ਜਲਦੀ ਉਹਨਾਂ ਦਾ ਜਿਹੜਾ ਕੇਸ ਹੈ ਉਹਨੂੰ ਸੋਲਵ ਕਰਨ ਵਾਸਤੇ ਜੋ ਵੀ ਢੰਗ ਤਰੀਕਾ ਸਾਨੂੰ ਵਰਤਣਾ ਪਿਆ ਉਹ ਅਸੀਂ ਪ੍ਰਸ਼ਾਸਨ ਪੱਧਰ ਤੇ ਵੀ ਆਪਣੇ ਪੱਧਰ ਤੇ ਵੀ ਉਹ ਸਾਰਾ ਉਹਨਾਂ ਦਾ ਵੇਖਾਂਗੇ। ਸਰ ਇੱਕ ਹੋਰ ਜਿਹੜੀ ਮਤਲਬ ਆਪਾਂ ਇਹ ਵੀ ਘਟਨਾ ਹੀ ਕਹਿ ਸਕਦੇ ਹਾਂ, ਤੁਸੀਂ ਉਹਨਾਂ ਦੇ ਨਾਲ ਜੁੜੇ ਵੀ ਰਹੇ ਆ, ਮੇਰਾ ਭਾਵਿਆ ਸਿੱਖ ਜਿਹੜਾ ਫੋਰ ਜਸਟਿਸ ਆ ਉਹਨਾਂ ਦੀ ਜਥੇਬੰਦੀ 2020 ਦੀ ਕੰਪੇਨ, ਉਹਦੇ ਉੱਪਰ ਭਾਰਤ ਸਰਕਾਰ ਨੇ ਜਿਹੜੀ ਆ 5 ਸਾਲ ਲਈ ਪਾਬੰਦੀ ਲਾ ਦਿੱਤੀ ਗਈ ਆ, ਅਤੇ ਉਹ ਪਾਬੰਦੀ ਲਾਉਣ ਦੇ ਕਾਰਨ ਜਿੱਦਾਂ ਤੁਸੀਂ ਤੁਹਾਨੂੰ ਪਤਾ ਵੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ 'ਤੇ ਵੀ ਬਹੁਤ ਸਾਰੀ ਪਾਬੰਦੀ ਲੱਗੀ ਆ, ਫਿਰ ਹਟਾ ਵੀ ਦਿੰਦੇ ਆ, ਇਹ ਜਿਹੜੀ ਪਾਬੰਦੀ ਦਾ ਲਾਇਆ ਜਾਣਾ ਤੁਸੀਂ ਇਹਨੂੰ ਕਿਸ ਨਜ਼ਰ 'ਚ ਲੈਂਦੇ ਆ? ਤੁਸੀਂ ਇਹ ਦੇਖੋ ਜਿਹੜੇ ਤਾਂ ਸੜਕਾਂ ਦੇ ਉੱਤੇ ਖੜ ਕੇ ਖਾਲਿਸਤਾਨ ਖਾਲਿਸਤਾਨ ਕਰ ਰਹੇ ਨੇ, ਉਹਨਾਂ ਨੂੰ ਤਾਂ ਪੁਲਿਸ ਜਾਂ ਪ੍ਰਸ਼ਾਸਨ ਜਾਂ ਸਿਸਟਮ ਮੌਕੇ ਦੀ ਕੇਂਦਰ ਹੋਵੇ ਸਰਕਾਰ ਜਾਂ ਪੰਜਾਬ ਸਰਕਾਰ ਕੋਈ ਗੱਲ ਨੀ ਕਰਦੀ, ਲੇਕਿਨ ਜਿਹਨਾਂ ਦਾ ਕੋਈ ਜਨਤਕ ਤੌਰ ਦੇ ਉੱਤੇ ਕੋਈ ਨੁਮਾਇੰਦਾ ਨੀ ਹੈਗਾ ਜਾਂ ਜਨਤਕ ਤੌਰ ਦੇ ਉੱਤੇ ਕੋਈ ਮੂਵਮੈਂਟ ਨੀ ਹੈਗੀ, ਤਾਂ ਉਹਨਾਂ ਦੇ ਉੱਪਰ ਪਾਬੰਦੀ ਲੱਗ ਰਹੀ ਹੈ। ਸੋ ਇਹ ਆਪਣੇ ਆਪ ਸਾਰੀਆਂ ਜਿਹੜੀਆਂ ਉਹ ਸਾਰੀਆਂ ਜਥੇਬੰਦੀਆਂ ਜਿਹੜੀਆਂ ਲੜਾਈ ਲੜ ਰਹੀਆਂ ਨੇ ਉਹਨਾਂ ਨੂੰ ਜ਼ਰੂਰ ਸੋਚ ਵਿਚਾਰ ਕਰਨੀ ਪਵੇਗੀ ਕਿ ਅਸੀਂ, ਮੈਂ ਸ਼ੁਰੂ ਦੇ ਵਿੱਚ ਜਦੋਂ ਇਹ ਮੁਹਿੰਮ ਚੱਲੀ ਸੀ ਤਾਂ ਮੈਂ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਨਾਲ ਬੈਠ ਕੇ ਇਹੋ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਸੀ ਜੀ ਕਿ ਜਿੰਨੇ ਵੀ ਅਸੀਂ ਗੱਲ ਕਹਿੰਦੇ ਹਾਂ ਕਿ ਅਸੀਂ ਆਜ਼ਾਦੀ ਲੈਣੀ ਹੈ, ਜਿਹਨਾਂ ਲੋਕਾਂ ਵਾਸਤੇ ਆਜ਼ਾਦੀ ਲੈਣੀ ਹੈ ਉਹਨਾਂ ਦੇ ਪਹਿਲਾਂ ਹਾਲਾਤ ਤੇ ਕੀ ਕਿਹੜੀਆਂ ਠੀਕ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਔਰ ਦੂਸਰੇ ਪਾਸੇ ਯੂਥ ਜਿਹੜਾ ਸਾਡਾ ਬਾਹਰ ਭੱਜ ਗਿਆ, ਪੰਜਾਬ ਜਿਹੜਾ ਸਾਡਾ ਕੁਦਰਤੀ ਆਫ਼ਤਾਂ ਤੇ ਜਿਹੜੀਆਂ ਹਾਕਮਾਂ ਦੀਆਂ ਬਦ ਨੀਤੀਆਂ ਦਾ ਸ਼ਿਕਾਰ ਹੋ ਕੇ ਬਰਬਾਦ ਹੋ ਰਿਹਾ। ਸੋ ਇਸ ਵਿੱਚ ਦੇ ਵਿੱਚ ਜਿਹੜੀ ਆਜ਼ਾਦੀ ਦੀ ਗੱਲ ਹੈ ਕੌਮ ਦੇ ਉੱਤੇ ਜਿਹੜਾ ਐਡਾ ਵੱਡਾ ਸੰਘਰਸ਼ ਲੜਿਆ ਗਿਆ ਉਹ ਕਿਸੇ ਥਾਏ ਪੈਣਾ ਚਾਹੀਦਾ, ਉਹਦੇ ਚੰਗੇ ਅਰਥ ਨਿਕਲਣੇ ਚਾਹੀਦੇ ਆ, ਉਹਦੇ ਵਿੱਚ ਇੱਕ ਇੱਕ ਸੁਰਤਾ ਬਣਨੀ ਚਾਹੀਦੀ ਹੈ। ਇਹ ਜਿਹੜਾ ਮਸਲਾ ਹੈ ਆਪਣੇ ਆਪ ਦੇ ਵਿੱਚ ਪਹਿਲਾਂ ਸਾਡੇ ਆਪਣੇ ਜਿੰਨੇ ਵੀ ਗਰੁੱਪ ਬੰਦੀ ਹੈ, ਮੈਂ ਪਹਿਲਾਂ ਸ਼ੁਰੂ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਜਦੋਂ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ, ਜਦੋਂ ਹਕੂਮਤ ਪਾਬੰਦੀਆਂ ਲਾਉਂਦੀ ਹੈ ਜਾਂ ਕੋਈ ਗੱਲ ਕਰਦੀ ਹੈ, ਤਾਂ ਉਹਦੇ ਵਿੱਚ ਜਦੋਂ ਅਸੀਂ ਆਪ ਸਾਰੇ ਲੋਕ ਵੱਖਰੀ ਵੱਖਰੀ ਭਾਸ਼ਾ ਦੇ ਵਿੱਚ ਉਹਦੇ ਬੋਲ ਰਹੇ ਹੁੰਦੇ ਹਾਂ ਜਾਂ ਉਹਨਾਂ ਨੂੰ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਉਹਦੇ ਉੱਤੇ ਗੱਲ ਕਰ ਰਹੇ ਹੁੰਦੇ ਹਾਂ, ਤੇ ਇੱਕ ਇਹ ਵੀ ਮੇਨ ਕਾਰਨ ਹੈ ਕਿ ਉਹਦੇ ਕਿਤੇ ਨਾ ਕਿਤੇ ਅਸੀਂ ਆਪ ਵੀ ਜ਼ਿੰਮੇਵਾਰ ਬਣ ਜਾਂਦੇ ਹਾਂ। ਸੋ ਸਾਰਿਆਂ ਨੂੰ ਜਿਹੜੇ ਆਜ਼ਾਦੀ ਪਸੰਦ ਨੇ, ਜਿਹੜੇ ਚਾਹੁੰਦੇ ਨੇ ਕਿ ਸਾਡਾ ਪੰਜਾਬ ਜਿਹੜਾ ਗੁਰੂਆਂ ਦੀ ਧਰਤੀ ਹੈ ਔਰ ਇਸ ਧਰਤੀ ਦੇ ਉੱਤੇ ਹਮੇਸ਼ਾ ਹੱਕ ਸੱਚ ਤੇ ਨਿਆਂ ਦੀ ਗੱਲ ਹੋਣੀ ਚਾਹੀਦੀ ਹੈ, ਪਹਿਲਾਂ ਉਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਸੁਰਤਾ ਪੈਦਾ ਕਰਨੀ ਪਵੇਗੀ, ਫਿਰ ਹਕੂਮਤ ਦੇ ਨਾਲ ਵੀ ਨਜਿੱਠਿਆ ਜਾ ਸਕਦਾ, ਫਿਰ ਹਕੂਮਤ ਦੇ ਨਾਲ ਟੇਬਲ ਟਾਕ ਵੀ ਹੋ ਸਕਦੀ ਹੈ। ਤੁਸੀਂ ਯਾਦ ਹੋਵੇਗਾ ਤੁਹਾਨੂੰ, ਤੁਸੀਂ ਵੀ ਸੰਘਰਸ਼ ਲੜਿਆ, ਸੰਘਰਸ਼ ਦੇ ਵਿੱਚ ਲਗਾਤਾਰ ਤੁਸੀਂ ਰਹੇ ਹੋ। ਇੱਕ ਸਮਾਂ ਸੀ ਜਦੋਂ ਕੇਂਦਰ ਸਰਕਾਰ ਕਹਿੰਦੀ ਸੀ ਕਿ ਸਾਡੇ ਨਾਲ ਟੇਬਲ ਟਾਕ ਕਰੋ, ਬੈਠ ਕੇ ਗੱਲਬਾਤ ਕਰੋ, ਤੁਹਾਡੀਆਂ ਮੰਗਾਂ ਕੀ ਨੇ, ਲੇਕਿਨ ਤੁਸੀਂ 84 ਤੋਂ ਬਾਅਦ ਤਾਂ ਦੇਖ ਲਓ ਕਿ ਨਵੰਬਰ 1984 ਸਿੱਖ ਨਸਲਕੁਸ਼ੀ ਵੀ ਹੋਈ, ਪੰਜਾਬ ਦੇ ਵਿੱਚ ਇੰਨੀ ਕਤਲੋਗਾਰਦ ਹੋਈ, ਇੰਨੇ ਫੇਕ ਇਨਕਾਊਂਟਰ ਹੋਏ, ਇੰਨਾ ਘਟਨਾ ਕ੍ਰਮ ਵਾਪਰਿਆ, ਭਾਈ ਜਸਵੰਤ ਸਿੰਘ ਖਾਲੜਾ ਵਰਗੇ ਜਿਹੜੇ ਲਾਸ਼ਾਂ ਲਵਾਰਸ ਲਾਸ਼ਾਂ ਦੀ ਗੱਲ ਕਰਦੇ ਹੋਏ ਆਪ ਲਵਾਰਸ ਲਾਸ਼ ਬਣ ਕੇ, ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਸਾਡੀਆਂ ਉਹ ਮੰਗਾਂ ਕਿੱਧਰ ਚਲੀਆਂ? ਠੀਕ, ਅੱਜ ਉਹ ਜਿਹੜੇ ਮਸਲੇ ਸੀ ਜਿਹਨਾਂ ਵਾਸਤੇ ਇੱਕ ਜਦੋਜਹਿਦ ਹੋਈ ਸੀ ਉਹਦੇ ਬਾਰੇ ਕਦੇ ਵੀ ਕੇਂਦਰ ਸਰਕਾਰ ਨੇ ਕਦੇ ਸਾਡੇ ਨਾਲ ਹੋਣ ਕਦੀ ਸਾਨੂੰ ਇਹ ਨੌਤਾ ਨਹੀਂ ਦਿੱਤਾ, ਕਦੀ ਉਹਨਾਂ ਨੇ ਕਿਹਾ ਹੀ ਨਹੀਂ ਗਾ ਕਿ ਤੁਸੀਂ ਇਹਦੇ ਉੱਤੇ ਗੱਲ ਕਰੋ। ਉਹਦਾ ਕਾਰਨ ਹੀ ਇਹੋ ਹੈ ਕਿ ਅਸੀਂ ਆਪਣੀ ਆਵਾਜ਼ ਇੱਕ ਸੁਰਤਾ ਦੇ ਨਾਲ ਬੁਲੰਦ ਨਹੀਂ ਕਰ ਸਕੇ ਔਰ ਜਿੰਨੀ ਕੁ ਗੱਲ ਅਸੀਂ ਕਰਦੇ ਹਾਂ ਉਹ ਧੜਿਆਂ ਦੇ ਵਿੱਚ ਖਲੋ ਕੇ ਹਉਮੈ ਹੰਕਾਰ ਦਾ ਸ਼ਿਕਾਰ ਹੋ ਕੇ ਵੀ ਮੈਂ ਸੱਚਾ ਸਿੱਖਾ ਦੂਜਾ ਗਦਾਰ ਹੈ ਜਾਂ ਦੂਜਾ ਬਹੁਤ ਮਾੜਾ ਹੈ, ਇਹੋ ਜਿਹੇ ਹਾਲਾਤਾਂ ਦੇ ਵਿੱਚ ਜਾਂ ਬੇਵਿਸ਼ਵਾਸੀ ਦੇ ਮਾਹੌਲ ਦੇ ਵਿੱਚ ਜਦੋਂ ਗੁਜ਼ਰ ਰਹੇ ਹਾਂ ਤਾਂ ਫਿਰ ਉੱਥੇ ਜੋ ਵੀ ਕੁਝ ਹੋ ਰਿਹਾ ਉਹ ਆਪਣੇ ਆਪ ਦੇ ਵਿੱਚ ਕੋਈ ਵੱਖਰੀ ਅਜੀਬ ਗੱਲ ਨਹੀਂ, ਇਹ ਸਾਰਾ ਕੁਝ ਵਾਪਰਨਾ ਹੀ ਵਾਪਰਨਾ ਕਿ ਅਸੀਂ ਇਸ ਗੱਲ ਦੇ ਉੱਤੇ ਇੱਕ ਜੁੱਟ ਨਹੀਂ ਹੈ। ਕਰਨੈਲ ਸਿੰਘ ਜੀ, ਜਿੱਦਾਂ ਇੱਕ ਹੈਰਾਨੀ ਦੀ ਗੱਲ ਆ ਬਈ
ਮੈਂ ਪਾਬੰਦੀ ਤਾਂ ਸਿੱਖ ਫਰ ਜਸਟਿਸ 'ਤੇ ਲੱਗੀ ਆ, ਪਰ ਤਾਲਾ ਜਿਹੜਾ ਆ ਜਿਹੜੀਆਂ ਪੰਜਾਬ ਦੀਆਂ ਜਥੇਬੰਦੀਆਂ, ਚਲੋ ਉਹਨਾਂ ਦੇ ਵਿਚਾਰ ਉਹਨਾਂ ਨਾਲ ਸਹਿਮਤ ਹੋਣਾ ਜਾਂ ਨਹੀਂ ਹੋਣਾ ਵੱਖਰੀ ਗੱਲ ਆ, ਪਰ ਕੋਈ ਐਡਾ ਵੱਡਾ ਪ੍ਰਤੀਕਰਮ ਨਹੀਂ ਹੋਇਆ ਕਿਸੇ ਜਥੇਬੰਦੀ ਵੱਲੋਂ। ਇਹ ਨਹੀਂ ਕਿਹਾ ਗਿਆ ਵੀ ਨਹੀਂ ਲੱਗਣੀ ਚਾਹੀਦੀ ਸੀ, ਕਿਉਂ ਲਾਈ ਗਈ ਆ, ਇਹਦਾ ਮਤਲਬ ਗਲਤ ਹੋਇਆ। ਇਸ ਤਰ੍ਹਾਂ ਜਦੋਂ ਉਹਨਾਂ ਨੇ ਮਹਿਮ ਅਗਸਤ ਦੇ ਵਿੱਚ ਲੰਡਨ ਦੇ ਵਿੱਚ ਵੱਡੀ ਰੈਲੀ ਕੀਤੀ, ਉਦੋਂ ਵੀ ਅਤੇ ਪਹਿਲਾਂ ਵੀ ਜਿੱਦਾਂ ਕਿਸੇ ਵੀ ਇੱਕ ਵੀ ਜਥੇਬੰਦੀ ਨੇ ਖੁੱਲ੍ਹੇ ਰੂਪ 'ਚ ਹਮਾਇਤ ਨਹੀਂ ਕੀਤੀ ਸਿੱਖ ਫਰ ਜਸਟਿਸ ਦੀ, ਇਹਦੇ ਕੀ ਕਾਰਨ ਹੈ? ਇਹਦਾ ਕਾਰਨ ਇਹੋ ਹੀ ਹੈ ਜੀ ਕਿ ਇਹ ਜਿਹੜੇ ਆਪਣੇ ਜਿਵੇਂ ਅਰਥ ਕੱਢੇ ਜਾਂਦੇ ਆ ਨਾ, ਅਲੱਗ ਅਲੱਗ ਉਸ ਚੀਜ਼ ਦੇ ਅਰਥ ਕੱਢੇ ਜਾਂਦੇ ਆ, ਤੋ ਇਹਦੀ ਇੰਟਰਪ੍ਰੀਟੇਸ਼ਨ। ਮੈਂ ਸਰਦਾਰ ਰਤਿੰਦਰਪਾਲ ਸਿੰਘ ਖਾਲਿਸਤਾਨੀ ਦੀ ਹੁਣੇ ਇੰਟਰਵਿਊ ਸੁਣ ਰਿਹਾ ਸੀ, ਉਹ ਇਹ ਗੱਲ ਕਹਿ ਰਿਹਾ ਜੀ ਇਹ ਕੌਮ ਦੇ ਨਾਂ ਦੇ ਉੱਤੇ ਬਹੁਤ ਵੱਡਾ ਧੋਖਾ ਹੈ, ਠੀਕ, ਇਹ ਰੈਫਰੈਂਡਮ ਜਿਹੜਾ ਹੈ ਇੱਕ ਧੋਖਾ ਹੈ। ਇਸੇ ਤਰ੍ਹਾਂ ਜਦੋਂ ਸਰਦਾਰ ਸਿਮਰਜੀਤ ਸਿੰਘ ਮਾਨ ਗੱਲ ਕਰਦੇ ਆ, ਉਹ ਕਹਿੰਦੇ ਕਿ ਖਾਲਿਸਤਾਨ ਆਪਣੇ ਆਪ ਦੇ ਵਿੱਚ ਜਿਹੜਾ ਇੱਕ ਦੁਕਾਨਦਾਰੀ ਹੈ, ਕਿਉਂਕਿ ਲੈਟਰ ਪੈਡਾਂ ਜਿਹੜੀਆਂ ਵੇਚੀਆਂ ਜਾਂਦੀਆਂ ਨੇ ਤੇ ਪੋਲੀਟੀਕਲ ਅਸੈਲਮ ਦੀ ਜਿੰਨਾ ਵੀ ਚੱਕਰ ਚੱਲਦਾ। ਸੋ ਇਹ ਜਿਹੜੀਆਂ ਧਿਰਾਂ ਨੇ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਅਸੀਂ ਕੌਮ ਨੂੰ ਆਜ਼ਾਦੀ ਲੈ ਕੇ ਦੇਣੀ, ਅਸੀਂ ਤਾਂ ਉਹਦੇ ਤਿਨਕਾ ਮਾਤਰ ਆ, ਪਿਛਲੇ ਸਮੇਂ ਤੋਂ ਲਗਾਤਾਰ ਸੰਘਰਸ਼ ਕੀਤਾ ਇਨਸਾਫ਼ ਪ੍ਰਾਪਤੀ ਲਈ, ਤੇ ਅੱਜ ਵੀ ਡਟੇ ਹੋਏ ਆ ਔਰ ਉਹਦੇ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਾਂ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਜਾਣ ਦਾ ਵੀ ਮੇਰਾ ਮਨੋਰਥ ਇਹੋ ਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸੋਚ, ਜਿਹੜੀ ਅਸਲ ਅਕਾਲੀ ਸੋਚ ਜਿਹੜੀ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਬਖਸ਼ਿਸ਼ ਕੀਤੀ ਸੀ, ਜਿੰਦਾ ਅਸੀਂ ਅੱਗੇ ਪ੍ਰਚਾਰ ਕਰਨਾ, ਉਹ ਕਿਉਂ ਮਰਦੀ ਜਾ ਰਹੀ ਹੈ, ਪਰਿਵਾਰਾਂ ਦੇ ਵਿੱਚ ਉਹ ਕਿਉਂ ਗੱਲ ਖਲੋ ਗਈ ਹੈ, ਉਹ ਉੱਥੋਂ ਤੱਕ ਹੀ ਸੀਮਿਤ ਰਹਿ ਗਈ ਹੈ। ਸੋ ਉਸ ਗੱਲ ਦੇ ਉੱਤੇ ਜਿਹੜੇ ਧਨੰਤਰ ਨੇ ਜਿੰਨੀ ਦੇਰ ਤੱਕ ਸਿਰ ਜੋੜ ਕੇ ਸਹੀ ਤਰੀਕੇ ਦੇ ਨਾਲ ਗੱਲ ਨਹੀਂ ਕਰਨਗੇ, ਉਨੀ ਦੇਰ ਤੱਕ ਇਹ ਇਸੇ ਤਰ੍ਹਾਂ ਹੀ ਇਸ ਦੇ ਵਿੱਚ ਵੀ ਯੂਥ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ। ਕਿਉਂਕਿ ਤੁਸੀਂ ਦੇਖੋ ਜਿੱਥੇ ਜਿਹੜੇ ਆਪਣੇ ਪਿਛਲੇ ਤਿੰਨ ਨੌਜਵਾਨਾਂ ਦੇ ਉੱਤੇ ਜਿਹੜੀ ਉਮਰ ਕੈਦ ਦੀ ਸਜ਼ਾ ਹੋਈ ਹੈ, ਉਹਨਾਂ ਦੇ ਉੱਤੇ ਦੋਸ਼ ਲਾਇਆ ਗਿਆ ਕਿ ਉਹ ਉਹਨਾਂ ਦੇ ਕੋਲੋਂ ਭੜਕਾਊ ਲਿਟਰੇਚਰ ਫੜਿਆ ਗਿਆ। ਤੁਸੀਂ ਦੇਖੋ ਜਿਹੜੇ ਛਾਪਦੇ ਨੇ ਉਹਨਾਂ ਨੂੰ ਕਦੀ ਕਦੀ ਕਿਸੇ ਨੇ ਨੀ ਕਿਹਾ, ਮੈਂ ਨੀ ਕਹਿੰਦਾ ਕਿ ਉਹਨਾਂ ਨੂੰ ਫੜ ਲਿਆ ਜਾਵੇ। ਮੈਂ ਗੱਲ ਕਹਿੰਦਾ ਕਿ ਛਾਪਣ ਵਾਲਿਆਂ ਨੂੰ ਕਦੀ ਕਿਸੇ ਨੇ ਕੁੱਝ ਨੀ ਪੁੱਛਿਆ, ਲੇਕਿਨ ਜਿਹੜੇ ਪੜ੍ਹਨ ਵਾਲੇ ਆ ਉਹ ਉਹਨੂੰ ਫੜ ਕੇ ਅੰਦਰ ਦੇ ਦਿੱਤੇ ਜਾਂਦੇ ਆ। ਸੋ ਇਹ ਆਪਣੇ ਆਪ ਦੇ ਵਿੱਚ ਹਕੂਮਤ ਵੀ ਆਪਣੇ ਹਿਸਾਬ ਨਾਲ ਕਾਰਵਾਈ ਕਰਦੀ ਹੈ, ਲੇਕਿਨ ਜਿੰਨੀਆਂ ਵੀ ਘਟਨਾਵਾਂ ਵਾਪਰ ਰਹੀਆਂ ਨੇ ਇਹ ਸਾਨੂੰ ਸਾਰਿਆਂ ਨੂੰ ਸੋਚ ਵਿਚਾਰ ਕੇ, ਇਹਦੇ ਜਿੰਨਾ ਲੋਕਾਂ ਵਾਸਤੇ ਅਸੀਂ ਆਜ਼ਾਦੀ ਦੀ ਮੰਗ ਕਰਦੇ ਹਾਂ, ਪਹਿਲਾਂ ਉਹਨਾਂ ਦੀ ਆਰਥਿਕ ਸਮਾਜਿਕ ਧਾਰਮਿਕ ਦਸ਼ਾ ਤੇ ਦਿਸ਼ਾ ਉਹਨਾਂ ਦੀ ਜ਼ਰੂਰ ਦੇਖਣ ਦੀ ਲੋੜ ਹੈ, ਫਿਰ ਹੀ ਅਸੀਂ ਗੱਲ ਕਰੀਏ। ਹੁਣ ਮਰੀਜ਼ ਇੱਕ ਉਹਨੂੰ ਆਕਸੀਜਨ ਦੀ ਲੋੜ ਹੈ, ਤਾਂ ਅਸੀਂ ਉਹਨੂੰ ਆਕਸੀਜਨ ਨਹੀਂ ਦੇ ਰਹੇ ਤਾਂ ਉਹ ਕਿਵੇਂ ਖੜਾ ਹੋ ਸਕੇਗਾ? ਇਹਦੇ ਤਰ੍ਹਾਂ ਜਿਹੜਾ ਅੱਜ ਸਾਡੀ ਮਾਨਸਿਕਤਾ ਜਿੱਥੇ ਖੜੀ ਹੋਈ ਹੈ, ਉਸ ਦੇ ਵਿੱਚ ਸਾਡੀਆਂ ਨਿੱਤ ਮਰਾ ਲੋੜਾਂ ਜਿਹੜੀਆਂ ਜ਼ਿੰਦਗੀ ਦੀਆਂ ਉਹ ਸਾਡੇ ਉੱਤੇ ਭਾਰੂ ਨੇ। ਜਦੋਂ ਤੱਕ ਲੋਕਾਂ ਨੂੰ ਇਹ ਅਹਿਸਾਸ ਨਹੀਂ ਕਰਾਉਂਦੇ ਕਿ ਅਸੀਂ ਇੱਕ ਵੱਖਰੀ ਕਿਸਮ ਦੇ ਉਹ ਲੋਕ ਆ ਜਿਹੜੇ ਗੁਰੂ ਦੇ ਸਿਧਾਂਤ ਨੂੰ ਮੰਨਦੇ ਹੋਏ ਸਹੀ ਦਿਸ਼ਾ ਵੱਲ ਜਾ ਰਹੇ ਹਾਂ, ਉਨੀ ਦੇਰ ਤੱਕ ਕੁੱਝ ਨਹੀਂ ਹੁੰਦਾ। ਹੁਣ ਜਿਹੜਾ ਵੀ ਬੰਦਾ ਕੋਈ ਗੱਲ ਕਰਦਾ ਉਹ ਕਹਿੰਦਾ ਕਿ ਇਹ ਸਿਰਫ ਆਪਣੇ ਮਨੋਰਥ ਲਈ, ਆਪਣੇ ਹਿੱਤਾਂ ਲਈ ਜਾਂ ਆਪਣੇ ਘਰ ਵਾਸਤੇ ਹੀ ਇਹ ਕਰਨਾ ਚਾਹੁੰਦਾ। ਕਰਨੈਲ ਸਿੰਘ ਜੀ, ਆਖਿਰ ਦੇ ਵਿੱਚ ਹੀ ਆ, ਇਹਦਾ ਮਤਲਬ ਇਹ ਹੋਇਆ ਕਿ ਜਿਹੜੀਆਂ ਆਪਾਂ ਪੰਥਕ ਧਿਰਾਂ ਆਪਾਂ ਸਾਰੇ ਵਿੱਚ ਆ ਜਾਂਦੇ ਹਾਂ, ਚਾਹੇ ਉਹ ਮੀਡੀਆ ਵੀ ਹੋਵੇ, ਵੀ ਅਸੀਂ ਕਿਤੇ ਨਾ ਕਿਤੇ ਈਰਖਾ ਦੇ ਸ਼ਿਕਾਰ ਹੋਏ ਹਾਂ, ਇੱਕ ਦੂਸਰੇ ਨੂੰ ਚਾਹੁੰਦੇ ਨਹੀਂ ਦੇਖਣਾ, ਤੇ ਇਸ ਕਰਕੇ ਇਹ ਜਿਹੜੀ ਸਾਡੀ ਹਾਲਾਤ ਅੱਜ ਬਣੀ ਹੋਈ। ਬਿਲਕੁਲ, ਇਹ ਖੁੱਲੇ ਮਨ ਨਾਲ ਮੰਨ ਲੈਣਾ ਚਾਹੀਦਾ ਕਿ ਅੱਜ ਦਾ ਸਮਾਂ ਬੇਵਿਸ਼ਵਾਸੀ ਦੇ ਮਾਹੌਲ ਦਾ ਸਮਾਂ, ਹਰ ਬੰਦੇ ਦੇ ਕੋਲ ਉਹਦੀ ਜੇਬ ਦੇ ਵਿੱਚ ਦੂਜੇ ਵਾਸਤੇ ਗਦਾਰੀ ਦਾ, ਦੂਜੇ ਨੂੰ ਬਦਨਾਮ ਕਰਨ ਦਾ ਜਿਹੜਾ ਲਾਇਸੈਂਸ ਹੈ ਉਹ ਉਹਦੀ ਜੇਬ ਦੇ ਵਿੱਚ ਪਿਆ ਹੋਇਆ, ਜਿਹਨੂੰ ਮਰਜ਼ੀ ਕੱਢ ਕੇ ਜਿਹਦੇ ਤੇ ਮਰਜ਼ੀ ਇਸਤੇਮਾਲ ਕਰ ਸਕਦਾ। ਸੋ ਸਾਨੂੰ ਜਿਹੜਾ 550 ਸਾਲਾਂ ਦਾ ਗੁਰੂ ਨਾਨਕ ਪਾਤਸ਼ਾਹ ਦਾ ਸੰਦੇਸ਼ ਹੈ ਉਹਨੂੰ ਆਪਣੇ ਮਨ ਮੰਦਰ ਵਿੱਚ ਵਸਾਉਣ ਦੀ ਲੋੜ ਹੈ, ਤੇ ਹਰ ਬੰਦਾ ਜਿਹੜਾ ਗਲਤੀਆਂ ਦਾ ਪੁਤਲਾ, ਤੇ ਸਾਡਾ ਗੁਰੂ ਬਹੁਤ ਵੱਡਾ ਸੱਚਾ ਸੁੱਚਾ, ਔਰ ਉਹਦੇ ਸਿਧਾਂਤ ਨੂੰ ਆਪਣੇ ਜੀਵਨ ਦੇ ਵਿੱਚ ਅਪਣਾ ਕੇ ਜਿੰਨੀਆਂ ਵੀ ਸਾਡੇ ਗਲਤੀਆਂ ਨੇ, ਮੈਂ ਦੇਖ ਰਿਹਾ ਸੀ ਇੱਕ ਇੰਟਰਵਿਊ, ਉਹਦੇ ਵਿੱਚ ਇੱਕ ਪਾਕਿਸਤਾਨੀ ਕਹਿ ਰਿਹਾ ਸੀ ਕਿ ਇੱਕ ਸਰਦਾਰ ਨੇ, ਜਦੋਂ ਮੈਂ ਬੱਸ ਵਿੱਚ ਸਫ਼ਰ ਕਰ ਰਿਹਾ ਸੀ ਤਾਂ ਮੈਂ ਬੀੜੀ ਲਾਈ ਹੋਈ ਸੀ, ਤਾਂ ਉਹਨੇ ਮੈਨੂੰ ਕਿਹਾ ਕਿ ਤੂੰ ਬੀੜੀ ਜੇ ਪੀਣੀ ਹੈ ਤੇ ਅਸੀਂ ਉਹਨਾਂ ਚਿਰ ਬੱਸ ਰੋਕ ਦਿੰਦੇ ਹਾਂ। ਤੇ ਕਹਿੰਦਾ ਮੈਨੂੰ ਇੰਜ ਅਹਿਸਾਸ ਹੋਇਆ ਕਿ ਮੇਰੀ ਬੁਰਾਈ ਜਿਹੜੀ ਹੈ ਉਹ ਕਿੰਨੀ ਤਕਲੀਫ਼ ਦੇ ਰਹੀ ਹੈ ਦੂਜੇ ਲੋਕਾਂ ਨੂੰ, ਤੇ ਕਹਿੰਦਾ ਉਹਨੇ ਜਿੰਨੇ ਸਰਦਾਰ ਨੇ ਬੜੇ ਮੈਨੂੰ ਪਿਆਰ ਨਾਲ ਸਮਝਾਇਆ ਤੇ ਮੈਨੂੰ ਉਹਦੀ ਗੱਲ ਦੇ ਵਿੱਚੋਂ ਬੜਾ ਸਬਕ ਮਿਲਿਆ, ਕਹਿੰਦਾ ਮੈਂ ਉਹ ਬੀੜੀ ਜਿਹੜੀ ਲਾਈ ਹੋਈ ਸੀ ਉਹ ਸੁੱਟ ਦਿੱਤੀ,
ਜਿਹੜੇ ਲੋਕ ਬੁਰਾਈ ਕਰਦੇ ਨੇ ਉਹਨਾਂ ਨੂੰ ਪਿਆਰ ਨਾਲ ਵੀ ਸਮਝਾਇਆ ਜਾ ਸਕਦਾ, ਨਾ ਕਿ ਅਸੀਂ ਉਹਨਾਂ ਨੂੰ ਜਿਹੜਾ ਖਿਤਾਬ ਦਈਏ ਜਾਂ ਉਹਨਾਂ ਨੂੰ ਅਸੀਂ ਬਹੁਤ ਮਾੜੇ ਭੈੜੇ ਸ਼ਬਦ ਵਰਤੀਏ ਤੇ ਆਪਣੀ ਲਗਾਤਾਰ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਗੁਰੂ ਸਾਹਿਬ ਦਾ ਵੀ ਸਿਧਾਂਤ ਇਹੋ ਸੀ ਕਿ ਜਿਹੜੇ ਮਾੜੇ ਕਰਦੇ ਨੇ ਉਹ ਚੰਗੇ ਬਣ ਤੇ ਜਿਹੜੇ ਚੰਗੇ ਨੇ ਹੋਰ ਚੰਗੇ ਆਏ। ਕਰਨੈਲ ਸਿੰਘ ਜੀ, ਆਖਿਰ ਦੇ ਵਿੱਚ ਜੇ ਸਾਰੀਆਂ ਜਥੇਬੰਦੀਆਂ ਕੋਈ ਇਹੋ ਜਿਹਾ ਇੱਕ ਪੈਨਲ ਬਣਾਉਣ ਜਿੰਨੀਆਂ ਵੀ ਵਰਲਡਵਾਈਡ ਸਿੱਖ ਜਥੇਬੰਦੀਆਂ ਉਹਨਾਂ ਦਾ ਇੱਕ ਜਿੱਦਾਂ ਨਾਂ ਲਿਖ ਕੇ ਉਹਨਾਂ ਦੇ ਕੰਮ ਪੁੱਛੇ ਜਾਣ, ਕੋਈ ਵੀ ਮਤਲਬ ਚਾਹੇ ਅਕਾਲ ਤਖ਼ਤ ਸਾਹਿਬ ਵੱਲੋਂ ਹੋਵੇ ਕਿਸੇ ਵੱਲੋਂ ਵੀ ਹੋਵੇ ਜਾਂ ਕੋਈ ਸੈਮੀਨਾਰ ਦਾ ਇੱਦਾਂ ਦਾ ਸਿਸਟਮ ਬਣਾਇਆ ਜਾਵੇ ਜਿਹਦੇ 'ਚ ਹਰ ਇੱਕ ਦਾ ਇਮਤਿਹਾਨ ਹੋਵੇ ਵੀ ਤੁਸੀਂ ਪਿਛਲੇ ਸਾਲਾਂ 'ਚ ਜਾਂ ਪਿਛਲੇ ਸਾਲ 'ਚ ਕੀਤਾ ਕੀ ਆ ਉਹ ਦੱਸੋ, ਉਦੋਂ ਬਾਅਦ ਉਸ ਹਿਸਾਬ ਨਾਲ ਉਹਨਾਂ ਨੂੰ ਮਤਲਬ ਅੱਗੇ ਲਿਆ ਕੇ ਉਹਦੇ 'ਚੋਂ ਇੱਦਾਂ ਦੀ ਚੋਣ ਹੋਵੇ ਜਿਹੜੇ ਬੰਦੇ ਕੰਮ ਕਰਦੇ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ। ਹਾਂਜੀ ਹੈਲੋ, ਹੈਲੋ ਭਾਈ ਕਰਨੈਲ ਸਿੰਘ ਜੀ, ਹਾਂਜੀ ਹੈਲੋ ਜੀ, ਹੈਲੋ ਹਾਂਜੀ ਦਰਸ਼ਕੋ, ਮੈਨੂੰ ਲੱਗਦਾ ਕਿ ਜਿਹੜਾ ਲਾਈਨ 'ਤੇ ਅਸੀਂ ਗੱਲ ਕਰ ਰਹੇ ਸੀ ਉਹਨਾਂ ਦੇ ਨਾਲ ਲਾਈਨ ਕੱਟੀ ਗਈ ਹੈ, ਸੋ ਜਿਹੜੀ ਰਹਿੰਦੀ ਗੱਲਬਾਤ ਆ ਕੋਸ਼ਿਸ਼ ਕਰਾਂਗੇ ਫਿਰ ਲਾਈਨ ਮਿਲਾਉਣ ਦੀ ਉਹਨਾਂ ਨਾਲ ਕਰਾਂਗੇ। ਸੋ ਇੱਥੇ ਹੀ ਖਿਮਾ ਦੇ ਜਾਚਕਾਂ ਬੁਲਾਉਂਦੇ ਹਾਂ, ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।